ਅਸਲਾਮ ਅਲੈਕੁਮ ਜੀ ਦੋਸਤੋ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਕੈਦ ਕਰੀਏ ਦੇ ਨਾਲ ਉਮੀਦ ਹੈ ਸਭ ਦੋਸਤ ਕੈਦ ਕਰੀਏ ਦੇ ਨਾਲ ਹੋਣਗੇ। ਅੱਜ ਬੜੇ ਦੋਸਤਾਂ ਦੀ ਫਰਮਾਇਸ਼ ਦੇ ਉੱਤੇ ਔਰ ਬੜੇ ਅਸ਼ੀਰਵਾਦ ਦੁਬਾਰਾ ਦਿਲ ਕੀਤਾ ਕਿ ਤੁਹਾਨੂੰ ਦੋਸਤਾਂ ਨੂੰ ਕਿਸੇ ਸਕੀਮ ਬੰਦੇ ਨਾਲ ਮਿਲਾਇਆ ਜਾਏ, ਜੋ ਕਿ ਸ਼ੁਰੂ ਤੋਂ ਜਿਸ ਦਿਨ ਤੋਂ ਇਸ ਫੀਲਡ ਦੇ ਵਿੱਚ ਮੈਂ ਆਇਆ 2005-06 ਤੋਂ ਹਮੇਸ਼ਾ ਪੋਜ਼ਿਟਿਵ ਹੀ ਇਖਤਿਆਰ ਕੀਤਾ ਔਰ ਕਦੀ ਮਾਈਨਸ ਗੁਫਤਗੂ ਨਹੀਂ ਕੀਤੀ, ਨਾ ਕਦੀ ਕਿਸੇ ਬੰਦੇ ਦੀ ਕਿਰਦਾਰ ਨਹੀਂ ਕੀਤੀ ਔਰ ਕੋਸ਼ਿਸ਼ ਕੀਤੀ ਹੈ ਕਿ ਇਸ ਸ਼ੌਕ ਦੇ ਵਿੱਚ ਉਸ ਬੰਦੇ ਦਾ ਇੰਟਰਵਿਊ ਕੀਤਾ ਜਾਏ ਜਿਹਦੇ ਕੋਲ ਕੁਛ ਹਾਸਲ ਹੋਵੇ, ਕਬੂਤਰ ਵੀ ਉਹ ਦਿਖਾਏ ਜਾਣ ਕਿ ਜਿਨ੍ਹਾਂ ਨੂੰ ਦੇਖ ਕੇ ਇਨਸਾਨ ਕੁਛ ਸਿੱਖ ਸਕੇ, ਕਿਉਂਕਿ ਮਾਂ ਦੇ ਪੇਟ ਦੇ ਵਿੱਚੋਂ ਤਾਂ ਕੋਈ ਵੀ ਬੰਦਾ ਸਿੱਖ ਕੇ ਨਹੀਂ ਆਉਂਦਾ ਇਸ ਦੁਨੀਆ 'ਤੇ। ਇਹ ਦੁਨੀਆ ਇਨਸਾਨ ਨੂੰ ਦਿਖਾਉਂਦੀ ਹੈ ਅੱਛੇ ਬੁਰੇ ਮਾਮਲਾ, ਅੱਛੀ ਬੁਰੀ ਸੋਭਤ ਔਰ ਇਨਸਾਨ ਦੀ ਸੋਚ ਔਰ ਜਨੂਨ, ਇਹ ਚੰਦ ਇੱਕ ਚੀਜ਼ਾਂ ਨੇ ਜਿਨ੍ਹਾਂ ਨੂੰ ਜਦੋਂ ਇਕੱਠਾ ਕਰ ਦਈਏ ਤਾਂ ਫਿਰ ਇੱਕ ਖਿਲਾੜੀ ਬਣਦਾ। ਉਹ ਦੁਨੀਆ ਦੀ ਕੋਈ ਵੀ ਫੀਲਡ ਹੋਵੇ, ਜਿਹਦੇ ਅੰਦਰ ਬਰਦਾਸ਼ਤ ਹੈ, ਜਿਹਦੇ ਅੰਦਰ ਸਪੋਰਟਸਮੈਨ ਸਪਿਰਿਟ ਹੈ, ਜਿਹਦੇ ਅੰਦਰ ਜਨੂਨ ਹੈ, ਉਹੀ ਕਾਮਯਾਬੀ ਦੀ ਸੀੜੀ ਚੜ੍ਹਦਾ। ਅਦਰਵਾਈਜ਼ ਬਹੁਤ ਘੱਟ ਲੋਕ ਅਕਲਾਂ ਵਾਲੇ, ਸ਼ਊਰ ਵਾਲੇ, ਸਮਝ ਵਾਲੇ ਬੰਦੇ ਉਸ ਫੀਲਡ ਦੀ ਉਸ ਬੁਲੰਦੀ ਤੱਕ ਨਹੀਂ ਪਹੁੰਚ ਸਕਦੇ ਜਿੱਥੇ ਤੱਕ ਜਨੂਨ ਦੀ ਮੰਜ਼ਿਲ ਪਹੁੰਚਦੀ। ਜਨੂਨ ਇੱਕ ਐਸੀ ਚੀਜ਼ ਦਾ ਨਾਮ ਹੈ ਕਿ ਜਿਹੜੀ ਚੀਜ਼ ਅਕਲ ਤਸਲੀਮ ਨਾ ਕਰੇ ਔਰ ਬੰਦਾ ਆਪਣੀ ਲਗਨ ਨਾ, ਮਿਹਨਤ ਨਾ, ਪਾਗਲਪਨ ਦੀ ਇੰਤਹਾ ਨੂੰ ਜਨੂਨ ਕਿਹਾ ਜਾਂਦਾ। ਕਬੂਤਰਬਾਜ਼ੀ ਦੀ ਜਿਹੜੀ ਇਹ ਜ਼ਮੀਨ ਆ, ਇਹ ਹਰ ਵਕਤ ਹਿਲਦੀ ਰਹਿੰਦੀ ਹੈ, ਇਹਦੇ ਉੱਤੇ ਕੋਈ ਚੀਜ਼ ਜਿਹੜੀ ਉਹ ਹਤਮੀ ਨਹੀਂ ਹੈ। ਸਵੇਰੇ ਝੰਡੀ ਮਾਰਨ ਤੋਂ ਬਾਅਦ ਕੋਈ ਨਹੀਂ ਪਤਾ ਕੀ ਹੋਣਾ, ਸਾਰਿਆਂ ਨੇ ਸ਼ਾਮ ਨੂੰ ਬਹਿਣਾ ਜਾਂ ਸਵੇਰੇ ਪੱਲੇ 'ਚ ਬਹਿ ਜਾਣੇ ਨੇ। ਬਾਦਵਾ ਮੈਂ ਚੈਂਪੀਅਨ ਖਿਡਾਰੀਆਂ ਦੇ ਸਾਦਾ ਦੇ ਐਸੇ ਐਸੇ ਕਬੂਤਰ ਦੇਖੇ ਨੇ ਕਿ ਝੰਡੀ ਮਾਰੀਏ 5 ਮਿੰਟ ਬਾਅਦ 7 ਤੋਂ 6 ਬਹਿ ਗਏ ਨੇ, ਸਿਰਫ ਐਂ ਕਰਕੇ ਪੈਰ ਲਾਇਆ ਤਾਂ ਵਾਪਸ ਚਲੇ ਗਏ, ਬਾਅਦ 'ਚ ਜਦੋਂ ਬੈਠੇ ਤਾਂ ਜਿੱਤ ਬਾਅਦ ਬੈਠੇ। ਲੇਕਿਨ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਦੀ ਜ਼ਮੀਨ ਕਬੂਤਰਬਾਜ਼ੀ ਦੀ ਐਸੀ ਕਿ ਹਰ ਵੇਲੇ ਹਿਲਦੀ ਰਹਿੰਦੀ, ਇਹਦੇ ਵਿੱਚ ਲੱਕ ਦਾ ਬੜਾ ਕਿਰਦਾਰ ਹੈ, ਮਿਹਨਤ ਦਾ ਬੜਾ ਕਿਰਦਾਰ ਹੈ। ਲੱਕ, ਮਿਹਨਤ, ਅਕਲ, ਜ਼ਹਾਨਤ, ਜਨੂਨ, ਸ਼ੌਰ, ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਚੈਂਪੀਅਨ ਨੂੰ ਜਨਮ ਦੇਣੀ। ਅਤੇ ਮੈਂ ਜਿਸ ਸ਼ਖਸੀਅਤ ਦੇ ਕੋਲ ਅੱਜ ਮੌਜੂਦ ਹਾਂ, ਕਿਸੇ ਤਾਲ ਦੀ ਮੁਹਤਾਜ ਨਹੀਂ, ਫੈਸਲਾਬਾਦ ਦੇ ਪਲੇਟਫਾਰਮ ਤੋਂ ਬੇਸ਼ੁਮਾਰ ਮਰਤਬਾ ਉਹਨਾਂ ਨੇ ਚੈਂਪੀਅਨਸ਼ਿਪ ਹਾਸਲ ਕੀਤੀ ਹੈ। ਮੇਰਾ ਵੀ ਖਿਆਲ ਕਿ ਕੋਈ ਫੈਸਲਾਬਾਦ ਦੇ ਸ਼ੌਕ ਦੇ ਵਿੱਚ ਕੋਈ ਸੀਜ਼ਨ ਹੋਵੇ ਔਰ ਉਹਨਾਂ ਦੀ ਛੱਤ ਉੱਡਦੀ ਹੋਵੇ ਅਤੇ ਕੋਚ ਸੀਜ਼ਨ ਨੂੰ ਉਹਨਾਂ ਨੇ ਕਲੀਨ ਸਵੀਪ ਨਾਲ ਕੀਤਾ ਹੋਵੇ। 6 ਕਬੂਤਰਾਂ ਨਾਲ ਵੀ ਚੈਂਪੀਅਨ ਹੋ ਜਾਂਦੇ ਨੇ, 7 ਨਾਲ ਵੀ ਚੈਂਪੀਅਨ ਹੋ ਜਾਂਦੇ ਨੇ, 11 ਨਾਲ ਵੀ ਚੈਂਪੀਅਨ ਹੋ ਜਾਂਦੇ ਨੇ। ਕਬੂਤਰ ਉਡਾਉਣਾ, ਕਬੂਤਰ ਦੇ ਮੁਤਲਕ ਮੁਕੰਮਲ ਤੌਰ ਦੇ ਉੱਤੇ ਅਬੂਰ ਹਾਸਲ ਕਰਨਾ, ਅੱਲਾਹ ਤਾਲਾ ਨੇ ਇਹਨਾਂ ਨੂੰ ਗੋਡ ਗਿਫਟਡ ਚੀਜ਼ ਦਿੱਤੀ ਹੈ। ਫੈਸਲਾਬਾਦ ਦਾ ਇੱਕ ਐਸਾ ਜਨੂਨੀ ਨਾਮ ਹੈ, ਇੱਕ ਐਸਾ ਖਿਲਾੜੀ ਹੈ, ਫੈਸਲਾਬਾਦ ਦੀ ਇੱਜ਼ਤ ਲਈ, ਫੈਸਲਾਬਾਦ ਦੇ ਸ਼ੌਕ ਦੇ ਫਰੋਗ ਲਈ ਉਹਨਾਂ ਨੇ ਕਦੀ ਕਿਸੇ ਚੀਜ਼ ਨੂੰ ਨਹੀਂ ਮੰਨਿਆ। ਜੇ ਬਾਜ਼ੀ ਦੀ ਗੱਲ ਆਈ ਹੈ ਤਾਂ ਫਿਰ ਉਹ ਸਭ ਤੋਂ ਅੱਗੇ ਖੜ੍ਹੇ, ਫੈਸਲਾਬਾਦ ਨੂੰ ਕਿਸੇ ਬੰਦੇ ਨੇ ਕੋਈ ਗੱਲ ਕੀਤੀ ਹੈ ਫਿਰ ਵੀ ਉਹ ਸਭ ਤੋਂ ਅੱਗੇ ਖੜ੍ਹੇ। ਹਾਂ, ਜੇ ਤਾਂ ਨਸੀਬਾਂ ਦੀ ਹੈ, ਲੇਕਿਨ ਉਹ ਲੜ ਗਏ ਨੇ ਹਰ ਮੈਦਾਨ ਦੇ ਵਿੱਚ, ਕਿਸੇ ਤਰ੍ਹਾਂ ਦੇ ਮੁਤਾਜ ਨਹੀਂ। ਮੇਰੇ ਭਾਈ ਨੇ ਵੱਡੇ ਇੱਕ ਅਰਸਾ ਜਿਹੜਾ ਇਹਨਾਂ ਦੀ ਚੈਂਪੀਅਨਸ਼ਿਪ ਦਾ ਸਿਲਸਿਲਾ ਹੈ, ਉਹ ਇਨਸ਼ਾਅੱਲਾ ਤੁਹਾਡੇ ਨਾਲ ਡਿਸਕਸ ਵੀ ਕਰਾਂਗੇ। ਪਿਛਲੇ ਜੇਡ ਦੇ ਵੀ ਚੈਂਪੀਅਨ ਨੇ ਫੈਸਲਾਬਾਦ ਦੇ, ਔਰ ਐਜ਼ਾਬਾਦ ਦੇ ਅਸੂ ਦੇ ਵੀ ਚੈਂਪੀਅਨ ਨੇ ਮਾਸ਼ਾਅੱਲਾ ਫੈਸਲਾਬਾਦ ਦੇ। ਅਤੇ ਜ਼ਿਆਦਾ ਗੁਫ਼ਤਗੂ ਰਾਣਾ ਸਾਹਿਬ ਦੇ ਨਾਲ ਕਰਾਂਗੇ, ਕਿਉਂਕਿ ਲੋਕ ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਖਦੇ ਨੇ, ਦੇਖਦੇ ਨੇ। ਔਰ ਜ਼ਿਆਦਾ ਦੇਰ ਮੈਂ ਹਾਜ਼ਰ ਨਹੀਂ ਹੋਵਾਂਗਾ, ਕੈਮਰੇ ਦਾ ਰੁੱਖ ਕਰਦੇ ਹਾਂ ਜਨਾਬ ਉਸਤਾਦ ਰਾਣਾ ਮੁੰਨਾ ਸਾਹਿਬ ਵੱਲ ਔਰ ਇਹਨਾਂ ਨੂੰ ਪੁੱਛਦੇ ਹਾਂ ਕਿ ਇੰਨਾ ਅਰਸਾ ਕਿੱਥੇ ਗਾਇਬ ਰਹੇ ਨੇ, ਅਤੇ ਦੂਜੇ ਨੰਬਰ ਦੇ ਉੱਤੇ
ਕਬੂਤਰਾਂ ਦੀ ਪਰਫਾਰਮੈਂਸ ਦੇ ਹਵਾਲੇ ਨਾਲ ਜਾਂ ਮੀਡੀਆ ਦੇ ਉੱਤੇ ਅੱਜ ਕੱਲ੍ਹ ਇਤਨਾ ਕਿਉਂ ਨਹੀਂ ਆ ਰਿਹਾ? ਮੈਨੂੰ ਦਿਓ ਮੋਬਾਈਲ, ਮੈਂ ਆਪਣੇ ਵੱਲ ਕਰ ਲੈਂਦਾ ਜੀ। ਹਾਂ ਸਰ, तमाम दोस्तों को, मेरे चाहने वालों को और वेल को हमारे लिए दुआएं करते हैं, और जो बाद दुआएं करते हैं उनके लिए भी हमारी तरफ से वेल विशेज हैं। अल्लाह पाक उनको हदायत दे और अच्छे शुकीन बनने की तौफीक दे। ये बात इसलिए कर रहा हूँ, अच्छा जी, कि अगर आप किसी प्लेयर को अप्रिशिएट नहीं करें कि अगर आप अपने हरीफ के अच्छे कबूतर उड़ते देख के जेलस हो जाएंगे तो फिर ये शौक नहीं रहेगा, ये अना बन जाएगी, और अना बनेगी तो लड़ाई हो जाएगी। तो मैं सबसे पहले जो अहम पैगाम ये है कि सारी कई सुनी माफ हो जाती है, पहले दूर करके ला दे यार, पीछे ले जाओ। हाँ जी, रोक झोंक चलती रहती है जी। लेकिन जिनके कबूतर अच्छे उड़े उनका अप्रिशिएट करना चाहिए, उनको उनको सेरे बांधने चाहिए। अच्छा। वो आपको इतना आला शौक दिखाते हैं घर बैठ के, और आप जैन आप हो गए या जितने मीडिया पर्सन हैं, इन लोगों ने पूरी दुनिया में जो बोरिंग सी जिंदगी चल रही थी उसको चार चांद लगा दिए। आप लोगों को मैं खराज तहसीन पेश करता हूँ, शुक्रिया। वो कोई है मीडिया पर्सन, आप टाइम निकालते हैं, आप दोस्तों को शौक करवाते हैं, खासकर न्यू कमर्स के लिए जो नए शौकीन आए हैं, ये बड़े उस्तादों के उड़े हुए परिंदे आप दिखा देते हो, आप एक एक पार का मुशाहदा करवाते हो। आप मतलब किसी का जोड़ा अच्छा लगा है, आप कहते हो जिनका एक नंबर जोड़ा है उसके पर दिखाते हो, शक्ल दिखाते हो, उनका मतलब बैलेंस, उनका जसामत, उनकी हर चीज़ आप ऐसे खोल के दिखाते हो। उन लोगों का एक तो टाइम ज़ाया नहीं होता, एक पैसे का ज़िया नहीं होता। बिल्कुल सही। तो मैं बिल्कुल ये कहना चाहूँगा कि मैं अपने अंदर की ये बात कर रहा हूँ कि मैं एक ऐसा खिलाड़ी हूँ कि मेरे हरीफ के भी कबूतर उड़ें और मेरे 6 बजे बैठे और उसका 7 बजे बैठे, और मैं अपने दाने पानी का अपने कबूतरों का उनके साथ मुआवजना करता हूँ कि यार मेरा कबूतर 1 घंटा कम की उड़ा, यानी कि अगर फैसलाबाद सिटी में 5 यूनियन है, मतलब ये जुमे को वनडे उड़ा, तो मैं ये देखता हूँ कि लास्ट 4-5 जो कबूतर बैठे हैं लेट, उन कबूतरों में मेरा कबूतर है कि नहीं, वाह, एंड वाले कबूतरों में। तो मतलब अपने कबूतरों का मुआवजना ऐसे करना चाहिए, मैं पंजाब की बात नहीं कर रहा, पंजाब में और तरह की गेम है, जब भागते हो आप मतलब और तरीके से कबूतर छोड़ने होते हैं अपने इलाके में, और अपने अपने इलाके का हिसाब है ना, सही, आपके जीतने का मतलब मैं इधर छोड़ूंगा, मैंने एवरेज बनानी है, मैंने ये सिस्टम करना है। तो मैं पंजाब की बात नहीं कर रहा, लेकिन अपने कबूतरों का मुआवजा आप इस तरह करें कि आपके सिटी में आपके जिले में जो कबूतर लास्ट बैठे हैं आपका कबूतर किधर बैठे, तो आपको अपने कबूतरों के मतलब पता चल जाएगा ये कितने पानी में, टेम्परेचर में, असू में, सारा कुछ, मतलब एक तरह के उड़े होते हैं ना कबूतर, सबके एक जैसे पा रहे हैं, सबको रंग लगे, अपना हाथ चेक करें, अपना मतलब ये चेक करें कि मेरा दाना पानी कैसा है, मेरे कबूतरों का लेवल क्या है, तो ये चीजें जरूर आप चेक करें, इंशाल्लाह ताला आप कामयाबी के जीने पे चढ़ जाएंगे। जिंदाबाद। चल साहब, कबूतरबाजी करदे आ मेनू तुहानू देखदा 20 साल हो गए ने, चुके 22 साल मेनू इस फील्ड च हो गए ने, इस तो पहले तो तुसीं करदे आ रहे हो, खेडदे आ रहे हो,
ਹੋਰ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਦੋਸਤਾਂ ਨੂੰ ਦੱਸੀਆਂ ਨੇ, ਜਾਂ ਮੈਂ ਕੁਛ ਸਵਾਲ ਐਸੇ ਕਰ ਦਿੱਤੇ ਕਿ ਜਿਨ੍ਹਾਂ ਦਾ ਤੁਸੀਂ ਜਵਾਬ ਦੇ ਦਿੱਤਾ ਤੇ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਵਸਣ ਲੱਗ ਪਏ, ਕਿਉਂਕਿ ਤੁਸੀਂ ਕੋਈ ਗੱਲ ਅੰਦਰ ਨਹੀਂ ਰੱਖੀ ਔਰ ਦੋਸਤਾਂ ਨਾਲ ਸ਼ੇਅਰ ਕਰਤੀ। ਜਿਹੜਾ ਟਾਈਮ ਤੁਹਾਡਾ ਸੀ ਸਿੱਖਣ ਵਾਲਾ, ਕਿਆ ਉਸ ਵਕਤ ਦੇ ਉਸਤਾਦ ਇਤਨੀ ਆਸਾਨੀ ਦੇ ਨਾਲ ਆਪਣੇ ਸ਼ਾਗਿਰਦਾਂ ਨੂੰ ਜਾਂ ਆਪਣੇ ਕੋਲ ਬੈਠਣ ਵਾਲਿਆਂ ਨੂੰ ਗੱਲ ਦੱਸਦੇ ਸੀ, ਜਾਂ ਕੀ ਮਤਲਬ ਉਹਨਾਂ ਦਾ ਪੁਰਾਣੇ ਤੇ ਹੁਣ ਦੇ ਕੀ ਫਰਕ ਦੇਖ ਰਹੇ ਹੋ ਸ਼ੌਕ ਦੇ ਵਿੱਚ ਤੁਸੀਂ, ਦੇਖੋ ਜੀ, ਔਰ ਆਉਣ ਵਾਲੇ ਵਕਤ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਮੈਂ ਆਪਣੀ ਜ਼ਾਤੀ ਇੱਕ ਗੱਲ ਕਰਾਂਗਾ ਜੀ। ਇੱਕ ਇੰਟਰਵਿਊ ਮੈਂ ਤੁਹਾਨੂੰ ਦਿੱਤਾ ਸੀ ਰਾਤ ਦੇ ਟਾਈਮ, ਮੇਰਾ ਖਿਆਲ ਆ ਕਿ ਅੱਜ ਵੀ ਉਸ ਇੰਟਰਵਿਊ ਨੂੰ ਦੁਨੀਆ ਵਾਚ ਕਰ ਰਹੀ ਹੈ, ਠੀਕ ਹੈ, ਬਿਲਕੁਲ। ਅੱਛਾ, ਉਹਦੇ ਵਿੱਚ ਮੇਰੀ ਜ਼ਿੰਦਗੀ ਦਾ ਪੂਰਾ ਤਜਰਬਾ ਸੀ, ਉਹ ਗਲਤ ਸੀ ਸਹੀ ਸੀ ਇਹ ਨਹੀਂ ਮੈਨੂੰ ਪਤਾ, ਉਹ ਗਲਤ ਸੀ ਸਹੀ ਸੀ ਰਹਿਣ ਭਾਈ ਇਹ ਮੈਨੂੰ ਨਹੀਂ ਪਤਾ, ਲੇਕਿਨ ਜੋ ਮੈਂ ਪ੍ਰੈਕਟੀਕਲ ਦੇਖਿਆ ਜੋ ਕੀਤਾ ਮੈਂ ਲੋਕਾਂ ਨੂੰ ਦੱਸ ਦਿੱਤਾ, ਸਦਕਾ ਜਾਰੀਆ। ਅੱਛਾ ਜੀ, ਦੇਖੋ ਕੋਈ ਕਿਸੇ ਦੇ ਨਸੀਬ ਨਹੀਂ ਲੈ ਕੇ ਜਾ ਸਕਦਾ, ਅੱਲਾ ਤਾਲਾ ਨੇ ਅਗਰ ਤੁਹਾਡੇ ਨਸੀਬ ਚ ਇੱਜ਼ਤ ਲਿਖੀ ਤੁਹਾਨੂੰ ਹੀ ਮਿਲਣੀ, ਠੀਕ ਹੈ। ਤੇ ਮੈਂ ਬਿਲਕੁਲ ਇਸ ਚੀਜ਼ ਦਾ ਕਾਇਲ ਸੀ ਕਿ ਤਮਾਮ ਉਸਤਾਦ, ਕਿਉਂਕਿ ਕੁਛ ਬੰਦੇ ਮੇਰੇ ਕੋਲ ਐਸੇ ਵੀ ਆਉਂਦੇ ਮੈਂ ਨਾਮ ਨਹੀਂ ਕਦੀ ਲੈਣਾ, ਬੜੇ ਬੜੇ ਉਸਤਾਦਾਂ ਦੇ ਸ਼ਾਗਿਰਦ ਸੀ ਤੇ ਬੈਠੇ ਮੇਰੇ ਦੋਸਤ ਸੀ ਤੇ ਬੈਠੇ ਮੇਰੇ ਕੋਲ ਹੋਣਾ ਉਸਤਾਦ ਜੀ। ਮੈਂ ਇਹ ਕੋਸ਼ਿਸ਼ ਕੀਤੀ ਸੀ ਕਿ ਕਿਸੇ ਤਰੀਕੇ ਇਹਨਾਂ ਦੋਸਤਾਂ ਨੂੰ ਇਹਨਾਂ ਉਸਤਾਦਾਂ ਨੂੰ ਇਸ ਡਗਰ ਤੇ ਲੈ ਕੇ ਆਵਾਂ ਕਿ ਯਾਰ ਇਹ ਸੋਸ਼ਲ ਮੀਡੀਆ ਦੇ ਉੱਤੇ ਕੁਛ ਦੱਸਣ ਦੱਸਣ। ਔਰ ਅਲਹਮਦੁਲਿਲਾ ਮੈਂ ਜਦੋਂ ਹੁਣ ਇੰਟਰਵਿਊ ਦੇਖਦਾ ਦੁਨੀਆਂ ਦੇ ਸਭ ਕੁਛ ਦੇਖਦਾ, ਜਿਤਨੇ ਵੀ ਲਾਹੌਰ ਤੋਂ ਲੈ ਕੇ ਕਿਤੇ ਵੀ ਹਰ ਬੰਦਾ ਦੱਸ ਰਿਹਾ ਔਰ ਮੈਂ ਕਾਮਯਾਬ ਹੋ ਗਿਆ ਔਰ ਮੈਂ ਅੰਦਰੋਂ ਮੁਤਮਇਨ ਹੋ ਗਿਆ ਕਿ ਯਾਰ ਚਲੋ ਕਿਸੇ ਦਾ ਭਲਾ ਆ ਸਰ, ਸਾਡਾ ਵੀ ਭਲਾ ਹੋਏਗਾ। ਮੀਡੀਆ ਦੇ ਉੱਤੇ ਆ ਕੇ ਉਸਤਾਦਾਂ ਨੂੰ ਪੁੱਛਣਾ ਮੈਂ ਸ਼ੁਰੂ ਕੀਤਾ, ਗੱਲਾਂ ਦੇ ਬਾਰੇ ਪੁੱਛਣਾ ਸ਼ੁਰੂ ਕੀਤਾ, ਜਿਹੜੇ ਮੇਰੇ ਨਾਲ ਦੇ ਸੀ ਦੋਸਤ ਉਹ ਬਾਅਦ ਚ ਲੜਦੇ ਸੀ ਕਿ ਇਹ ਗੱਲਾਂ ਕਿਉਂ ਲੋਕਾਂ ਦੇ ਸਾਹਮਣੇ ਤੁਸੀਂ ਇਹਨੂੰ ਓਪਨ ਕਰ ਰਹੇ ਹੋ। ਲੇਕਿਨ ਗੱਲ ਇਹ ਕਿ ਤੁਹਾਡੀ ਗੱਲ ਸਹੀ ਹੈ ਕਿ ਤੁਸੀਂ ਕਾਮਯਾਬ ਹੋਏ, ਅਸੀਂ ਪੁੱਛਣਾ। ਹੁਣ ਦੇਖਦੇ ਹਾਂ ਅਸੀਂ ਬਹੁਤ ਸਾਰੇ ਨਿਊ ਕਮਰਸ ਨੇ, ਮੀਡੀਆ ਪਰਸਨ ਵੀ ਔਰ ਕੁਝ ਬਹੁਤ ਸਾਰੇ ਨਿਊ ਕਮਰਸ ਨੇ ਦੱਸਣ ਵਾਲੇ ਵੀ, ਉਹ ਵੀ ਇਤਨੇ ਕੋਈ ਉਹ ਨਹੀਂ ਅਥੈਂਟਿਕ ਨਹੀਂ ਹੈ ਕਿ ਮਤਲਬ ਉਹਨਾਂ ਕੋਲ ਵੀ ਕੋਈ ਬਹੁਤ ਆਲਾ ਲੈਵਲ ਹੋਵੇ ਚੈਂਪੀਅਨਸ਼ਿਪ ਦਾ ਜਾਂ ਕਿਸੇ ਗਰੁੱਪ ਦਾ। ਲੇਕਿਨ ਕੀ ਹੈ ਕਿ ਹਰ ਜਿਹਦੇ ਕੋਲ ਜਿਹੜੀ ਗੱਲ ਹੈ ਨਾ ਮਜ਼ਬੂਤ, ਉਹ ਉਹਦੀ ਕੋਸ਼ਿਸ਼ ਇਹ ਹੋ ਗਈ ਹੈ ਕਿ ਮੈਂ ਦੱਸਾਂ ਤਾਂ ਕਿ ਫਾਇਦਾ ਹੋਵੇ, ਮਕਸਦ ਹੈ। ਅਤੇ ਕੋਈ ਵੀ ਡਾਕਟਰ ਇਹ ਨਹੀਂ ਚਾਹੁੰਦਾ, ਕੋਈ ਹਕੀਮ ਇਹ ਨਹੀਂ ਚਾਹੁੰਦਾ ਕਿ ਮੇਰੀ ਦਵਾਈ ਖਾ ਕੇ ਬੰਦਾ ਮਰ ਜਾਏ। ਹਰ ਬੰਦੇ ਦੀ ਇਹ ਕੋਸ਼ਿਸ਼ ਹੈ ਕਿ ਜੇ ਮੈਂ ਮਿੱਟੀ ਦੇਵਾਂ, ਸੋਨਾ ਦੇਵਾਂ, ਜ਼ਹਿਰ ਵੀ ਦੇਵਾਂ ਨਾ ਤਾਂ ਉਹ ਠੀਕ ਹੋ ਜਾਵੇ, ਮਤਲਬ ਮਕਸਦ ਸਭ ਦਾ ਇਹੀ ਹੈ। ਅਤੇ ਚਲੋ ਮਕਸਦ ਦੀਏ ਨਾ ਦੀਆ ਜਲਾਉਣਾ ਸੀ, ਉਹ ਜਲ ਗਿਆ। ਅੱਛਾ, ਹੁਣ ਕਬੂਤਰਬਾਜ਼ੀ ਲਾਉਂਦੇ ਹਾਂ, ਪਰ ਕਿਤੇ ਨੇ ਬਗਲਾਂ ਕਿਤੇ ਨੇ, ਰੰਗ ਕੀ ਏ, ਅੱਖਾਂ ਕੀ ਨੇ, ਬਲੱਡ ਲਾਈਨ ਕੀ ਏ, ਇਹ ਸਾਰਾ ਕੁਛ ਵਕਤ ਨੇ ਲੋਕ ਸਮਝਾ ਵੀ ਦਿੱਤਾ ਤੇ ਦਿਖਾ ਵੀ ਦਿੱਤਾ। ਇੱਕ ਚੀਜ਼ ਮੈਂ ਜਿਹੜੀ ਮਤਲਬ ਸਮਝ ਰਿਹਾ ਕਿ ਜਿਸ ਤਰ੍ਹਾਂ ਹਰ ਮੌਸਮ ਦੇ ਵਿੱਚ ਇੱਕ ਸੂਟ ਨਹੀਂ ਪੈ ਸਕਦਾ, ਇੱਕ ਤਰ੍ਹਾਂ ਦੀ ਸ਼ੂਟਿੰਗ ਅਸੀਂ ਨਹੀਂ ਕਰ ਸਕਦੇ, ਹਰ ਮੌਸਮ ਦੇ ਕੱਪੜੇ ਮੁਖਤਲਿਫ ਨੇ, ਠੀਕ ਹੈ ਨਾ। ਤੁਹਾਡਾ ਕੀ ਖਿਆਲ ਹੈ ਕਿ ਹਰ ਮੌਸਮ ਦੇ ਕਬੂਤਰ ਵੀ ਮੁਖਤਲਿਫ ਨੇ ਕਿ ਜਾਂ ਕੋਈ ਆਲਰਾਊਂਡਰ ਕਬੂਤਰ ਨੇ, ਅਗਰ ਉਹ ਹੈ ਨੇ ਤੇ ਉਹ ਕੀ ਨੇ ਸਾਈਜ਼ ਵਾਈਜ਼? ਮੈਂ ਕਲਰ ਵਾਈਜ਼ ਔਰ ਸਾਈਜ਼ ਵਾਈਜ਼ ਵੀ। ਹਾਂ, ਪੂਰੀ ਖੋਲ ਦਿਓ ਗੱਲ। ਦੇਖੋ, ਉਂਗਲੀ ਚਾਰ ਹੱਡੀ ਹੈ, ਇਹ ਚਾਰ ਉਂਗਲੀਆਂ ਦੀ ਨਾ ਹੱਡੀ ਹੁੰਦੀ, ਠੀਕ ਹੈ। ਜੋੜ ਕਿਸੇ ਨੂੰ ਹੱਡੀ ਦੇ ਕਰੀਬ ਪਸੰਦ ਆ, ਕਿਸੇ ਨੂੰ ਫਾਸਲੇ, ਠੀਕ ਹੈ। ਆਪਣੀ ਗੱਲ ਮੈਂ ਕੋਈ ਨਹੀਂ ਕਰਾਂਗਾ, ਠੀਕ ਠੀਕ ਹੈ। ਮੇਰੀ ਜ਼ਾਤੀ ਰਾਏ ਆ, ਇੱਕ ਤੇ ਬਣਿਆ ਹੋਵੇ ਕ੍ਰੋਸ, ਠੀਕ ਹੈ। ਹਰ ਸੂਰਤ ਦੋ ਅੱਛੀਆਂ ਨਸਲਾਂ, ਯਾਨੀ ਕਿ ਉਹ ਵੀ ਦੋਗਲੇ ਨਾ ਹੋਣ, ਵਾਹ, ਵਨ ਹੈਂਡਿਡ,
ਮਤਲਬ ਤੁਹਾਡੇ ਕੋਲ ਕਬੂਤਰ ਬਣਿਆ ਹੋਵੇ ਇਨਸ਼ਾਅੱਲਾ ਤਾਲਾ ਤੁਸੀਂ 70% ਇਹਦੇ ਵਿੱਚ ਆਜੋਗੇ। ਔਰ ਦੂਸਰੀ ਗੱਲ, ਜਿਤਨਾ ਜ਼ਰਾ ਫਿੱਕਾ ਕਬੂਤਰ ਹੋਏਗਾ ਜ਼ਿਆਦਾ ਹੋਵੇਗਾ। ਜੇਟਸ ਦੀ ਗੱਲ ਕਰ, ਡਾਰਕ ਕਲਰ ਨਾਲੋਂ, ਮੇਰੀ ਜ਼ਾਤੀ ਰਾਏ ਆ, ਮੇਰਾ ਤਵਾ ਨਾ ਲਾ ਦੇਣਾ ਸਾਰੇ, ਮੈਂ ਤੇ ਸਿਰਫ ਇਹ ਗੱਲ ਕਰ ਰਿਹਾ ਕਿ ਆਪਣੀ ਇੱਕ ਰਾਏ ਮੈਂ ਦੇ ਰਿਹਾ। ਯਾਰ ਤਵਾ ਲਾਉਣ ਵਾਲਿਆਂ ਨੂੰ ਛੱਡੋ, ਬਿਲਕੁਲ ਠੀਕ। ਦੂਜੇ ਨੰਬਰ ਦੇ ਉੱਤੇ ਅਗਰ ਅਸੀਂ ਮਤਲਬ ਸਿੱਧੀ ਸਟੇਟ ਫਾਰਵਰਡ ਗੱਲ ਕਰੀਏ, ਸਾਈਜ਼ ਨੂੰ, ਕਬੂਤਰ ਦੇ ਸਾਈਜ਼ ਨੂੰ ਕਿੰਨੇ ਨੰਬਰ ਦਿੰਦੇ ਹੋ ਤੁਸੀਂ? ਜੇਠ, ਅੱਸੂ, ਚੇਤਰ, ਵਸਾਖ, ਹਰ ਮੌਸਮ ਦੇ ਵਿੱਚ ਤੁਹਾਡੇ ਮੁਤਾਬਕ ਕੀ ਇਹ ਸਾਈਜ਼? ਜਾਤੀ ਤੌਰ ਤੇ ਜ਼ੈਨ ਭਾਈ ਦੇਖੋ, ਮਾਦੀਆਂ ਤੇ ਖਾਸ ਤੌਰ ਤੇ ਬੈਲੈਂਸ ਹੋਣੀ ਚਾਹੀਦੀ। ਠੀਕ ਹੈ। ਮਾਦੀ ਜ਼ਰਾ ਲੰਬੀ ਹੋਈ, ਦੁੰਮ ਖਿਲਰੀ ਤੇ ਕਿਤੇ ਖਿਲਰ ਜਾਣੀ। ਠੀਕ ਹੈ, ਜੈਨਵਨ ਕਹਿ ਰਹੇ। ਅਗਰ ਨਰ ਥੋੜਾ ਜਿਹਾ, ਮੈਂ ਜ਼ਿਆਦਾ ਥੋੜੀ ਲੰਮੀ ਦੁੰਮ ਪਸੰਦ ਕਰਦਾ, ਕਬੂਤਰ ਨੂੰ ਨਿਕਲਣ ਚ, ਉੱਤੋਂ ਔਰ ਘਰ ਬੈਠਣ ਚ ਵੀ ਬੜੀ ਆਸਾਨੀ ਹੈ, ਔਰ ਜ਼ਿਆਦਾ ਮਾਰਜਨ ਨਾਲ ਕਬੂਤਰ ਥੋੜੇ ਜਿਹੇ ਲੰਬੇ ਸਾਈਜ਼ ਦੀ ਨਿਕਲ ਕੇ ਬੈਠੇ ਮੇਰੇ ਕੋਲ, ਯਾਨੀ ਕਿ ਦੁੰਮ ਦੇ ਵਿਚਲੇ ਪਰ ਥੋੜੇ ਜਿਹੇ ਲੰਬੇ ਹੋਣ ਨਿਕਲੋ, ਇਸ ਤਰ੍ਹਾਂ ਸਮਝ ਰਹੇ, ਕੱਟ ਨਾ ਹੋਵੇ ਇਹ, ਇਸ ਤਰ੍ਹਾਂ ਮੀਨਾਰ ਨੂੰ ਇੱਦਾਂ ਦੇ ਛੋਟੇ ਵਿੱਚੋਂ ਥੋੜੇ ਜਿਹੇ ਲੰਬੇ, ਇਹ 100% ਕਬੂਤਰ ਨਿਕਲ ਕੇ ਬੈਠੇਗਾ ਇਨਸ਼ਾਅੱਲਾ ਤਾਲਾ, ਬਸ਼ਰਤੇ ਕਿ ਤੁਹਾਡਾ ਹੱਥ ਅੱਛਾ ਹੋਵੇ, ਤੁਹਾਡੀ ਮੋਟੀ ਅੱਛੀ ਹੋਵੇ। ਵਾਹ, ਜਿੰਦਾਬਾਦ। ਚਲ ਰਾਣਾ ਸਾਹਿਬ, ਇਸ ਦਫ਼ਾ ਦੀ ਪਰਫਾਰਮੈਂਸ ਦੇ ਬਾਰੇ ਦੱਸੋ। ਬੜੇ ਲੋਕ ਕਹਿ ਰਹੇ ਸੀ ਰਾਣਾ ਮੁੰਨਾ ਸਾਹਿਬ ਕਿੱਥੇ ਚਲੇ ਗਏ, ਕਿੱਥੇ ਚਲੇ ਗਏ, ਅਤੇ ਕੋਈ ਜ਼ਰਾ ਰੋਸ਼ਨੀ ਪਾਓ ਕਿ ਇਸ ਦਫ਼ਾ ਤੁਸੀਂ ਕਬੂਤਰ ਵੱਡੇ ਪਾਏ ਨੇ ਬਾਜ਼ੀ, ਆਪਣੇ ਕੱਪ 'ਚ ਬੱਚੇ ਪਾਏ ਨੇ, ਔਰ ਕੀ ਪਰਫਾਰਮੈਂਸ ਆਈ ਹੈ, ਔਰ ਕਿੰਨੇ ਕੱਪ ਜਿੱਤੇ ਨੇ, ਔਰ ਕਿੰਨੇ ਵਜੇ ਤੱਕ ਕਬੂਤਰ ਬੈਠੇ? ਸਭ ਤੋਂ ਪਹਿਲੇ ਤਾਂ ਆਵਾਂਗੇ ਮੈਂ ਕਿੱਥੇ ਚਲਾ ਗਿਆ, ਸਵਾਲ ਤਾਂ ਇਹ ਹੈ ਨਾ ਤੁਹਾਡਾ, ਸਭ ਤੋਂ ਪਹਿਲਾਂ ਹੀ ਇਹ ਹੈ। ਦੇਖੋ, ਇੱਥੇ ਦੀ ਗਰਾਊਂਡ ਰਿਐਲਿਟੀ ਕਿਸੇ ਨਹੀਂ ਪਤਾ ਫੈਸਲਾ ਦਾ, ਇੱਥੇ ਦੀ ਗਰਾਊਂਡ ਰਿਐਲਿਟੀ 'ਤੇ ਥੋੜ੍ਹੀ ਰੋਸ਼ਨੀ ਪਾਵਾਂ। ਇੱਥੇ ਦੀ ਗਰਾਊਂਡ ਰਿਐਲਿਟੀ ਸਦਾ ਤੋਂ ਐਸੀ ਰਹੀ ਹੈ, ਮਤਲਬ ਸਾਡੀ ਜ਼ਮੀਨ ਐਸੀ ਹੋਏਗੀ, ਅਫਗਾਨਿਸਤਾਨ ਹੈ ਨਾ, ਲੜੀ ਜਾ ਰਹੇ, ਮਿੱਟੀ ਐਸੀ। ਮੈਂ ਇਹ ਗੱਲ ਕਰ ਰਿਹਾ ਕਿ ਮੈਂ ਕਿੱਥੇ ਗਾਇਬ ਰਿਹਾ, ਹਰ ਵਕਤ ਬੋਲ ਬੁਲਾਰਾ, ਹਰ ਵਕਤ ਮੂੰਹ ਮਾਰੀ, ਇਹ ਸ਼ੌਕ ਦਾ ਹੁਸਨ ਨਹੀਂ ਹੈ, ਇਹ ਸ਼ੌਕ ਨੂੰ ਖਰਾਬ ਕਰਨਾ। ਠੀਕ ਹੈ ਜੀ। ਇੱਥੇ ਕੋਈ ਨਿਊ ਕਮਰ ਉੱਠ ਗਿਆ, ਉਹਨੂੰ ਅੱਲਾ ਨੇ ਇੱਜ਼ਤ ਦੇ ਦਿੱਤੀ, ਸਭ ਤੋਂ ਪਹਿਲੇ ਉਹ ਜਿਹੜਾ ਅੱਛਾ ਪਲੇਅਰ ਹੋਏਗਾ ਨਾ, ਮਤਲਬ ਉਹਨੂੰ ਪੈ ਜਾਏਗਾ। ਠੀਕ ਹੈ। ਫੈਸਲਾਬਾਦ ਦਾ ਜਿਹਨੂੰ ਨਾਮ ਕੀਤਾ ਹੋਏਗਾ, ਮੈਂ ਹੀ ਨਹੀਂ, ਕੋਈ ਵੀ ਹੋਵੇਗਾ। ਸਹੀ। ਅੱਛਾ, ਮੈਂ ਜਿਹੜਾ ਮੇਰੀ ਜ਼ਾਤੀ ਰਾਏ ਆ, ਮੈਂ ਪਲੇਅਰ ਨੂੰ ਗਿਣਦਾ, ਮੈਂ ਉਹਦੇ ਵਸਾਇਲ ਨਹੀਂ ਗਿਣਦਾ। ਠੀਕ, ਅੱਛੀ ਗੱਲ ਹੈ। ਮੈਂ ਬਿਲਕੁਲ ਅਲਹਮਦੁਲਿਲਾ, ਲਾ ਇਲਾਹਾ ਇਲਾ ਮੁਹੰਮਦ ਰਸੂਲਾ, ਪੈਸੇ ਸ਼ੈਸੇ ਦਾ ਭਾਰ ਕੋਈ ਨਹੀਂ ਕਿਸੇ ਦਾ ਸਾਨੂੰ ਹੁੰਦਾ। ਬਿਲਕੁਲ ਠੀਕ। ਸਿਰਫ ਅੱਛੇ ਦੋਸਤ ਹੋਣ, ਅੱਛਾ ਸ਼ੌਕ ਕਰਨ ਵਾਲੇ ਹੋਣ, ਔਰ ਅੱਲਾ ਦੀ ਕਸਮ ਮੈਂ ਇਹ ਚਾਹੁੰਦਾ ਕਿ ਸਭ ਤੋਂ ਪਹਿਲੇ ਸੀਨੀਓਰਿਟੀ ਉਹਨਾਂ ਨੂੰ ਦਿੱਤੀ ਜਾਵੇ ਜਿਹੜੇ ਮਾੜੇ ਹੋ ਕੇ ਵੀ ਸਾਡੇ ਨਾਲ ਸ਼ੌਕ ਕਰ ਰਹੇ ਨੇ। ਵੱਡੀ ਗੱਲ। ਉਹਨਾਂ ਨੂੰ ਸਟੇਜ ਤੇ ਬੁਲਾਇਆ ਜਾਵੇ ਉਹਨਾਂ ਨੂੰ। ਚਲੋ, ਕਿੱਸਾ ਮੁਕਤ ਸਿਰ, ਕਿ ਮੇਰੇ ਗਾਇਬ ਹੋਣ ਦਾ ਮਕਸਦ ਇਹ ਸੀ ਕਿ ਫੈਸਲਾਬਾਦ ਦੀ ਕਬੂਤਰਬਾਜ਼ੀ ਦੇ ਵਿੱਚ ਕੁਛ ਨਦਾਨ ਐਸੀਆਂ ਗੱਲਾਂ ਕਰਦੇ, ਉਹਨਾਂ ਨੂੰ ਪਤਾ ਨਹੀਂ ਹੈ ਕਿਸੇ ਗੱਲ ਦਾ। ਠੀਕ ਹੈ। ਮੇਰਾ ਨਹੀਂ ਪਤਾ ਜਾਂ ਕਿਸੇ ਦਾ ਵੀ ਨਹੀਂ ਪਤਾ। ਠੀਕ ਹੈ। ਕਿ ਕੌਣ ਕੀ ਕਰ ਸਕਦਾ, ਇਹ ਅੱਲਾ ਜਾਣਦਾ, ਸਹੀ, ਤੁਸੀਂ ਵੀ ਜਾਣਦੇ ਹੋ, ਲੇਕਿਨ ਉਹ ਨਦਾਨ ਗੱਲਾਂ ਬੜੀਆਂ ਉਲਟ ਪੁਲਟ ਕਰਦੇ। ਫਿਰ ਉਹਦੇ ਵਿੱਚ ਮੈਦਾਨ ਨੂੰ ਛੱਡ ਜਾਣਾ ਬਿਹਤਰ ਸੀ, ਨਾ ਕਿ ਕੋਈ ਐਸਾ ਕੰਮ ਕਰਦੇ ਕਿ ਕੋਈ ਖੂਨ ਰੇਜ਼ੀ ਹੋ ਜਾਏ, ਲੜਾਈ ਹੋ ਜਾਏ, ਮਸਲਾ ਬਣ ਜਾਏ। ਬਿਲਕੁਲ ਠੀਕ। ਅੱਛਾ,
ਕਿਉਂ ਦੇਖੋ ਅੱਗੇ ਅਸੀਂ ਛੜੇ ਬੱਚੇ ਆ ਘਰ ਆ ਖਾਨਦਾਨ ਆ ਅਸੀਂ ਇੰਟਰਟੇਨਮੈਂਟ ਵਾਸਤੇ ਕਬੂਤਰ ਰੱਖਣੇ ਨੇ ਅਸੀਂ ਕੋਲੋ ਪੈਸੇ ਖਰਚ ਕੇ ਦਾਣਾ ਪਾਈਦਾ ਏ ਤੇ ਮਤਲਬ ਇਹਨੂੰ ਸ਼ੌਕ ਦੀ ਹੱਦ ਤੱਕ ਹੀ ਅਸੀਂ ਰੱਖਣਾ ਨਾ ਜੀ ਮਤਲਬ ਮੈਂ ਇਧਰੋਂ ਬੋਰ ਹੋਇਆ ਉਧਰੋਂ ਬੋਰ ਹੋਇਆ ਕਾਰੋਬਾਰੀ ਬੋਰ ਹੋਇਆ ਮੇਰਾ ਦਿਲ ਕਰਦਾ ਨਾ ਮੈਂ ਆਪਣੇ ਕਬੂਤਰਾਂ ਕੋਲ ਚਲੇ ਜਾਵਾਂ ਉਹਨਾਂ ਦੀ ਠੱਪ ਠੱਪ ਉਹਨਾਂ ਨੂੰ ਦਾਣਾ ਪਾਇਆ ਜੋੜਾ ਇੱਧਰ ਕੀਤਾ ਸਾਰੀਆਂ ਟੈਨਸ਼ਨਾਂ ਖਤਮ ਹੋ ਜਾਂਦੀਆਂ ਠੀਕ ਹੈ ਜੀ ਇਹ ਸੀ ਮੇਰੇ ਗਾਇਬ ਹੋਣ ਦਾ ਮਕਸਦ ਤੇ ਮੈਂ ਇਹਨੂੰ ਇੱਥੇ ਇੱਥੇ ਬੰਦ ਕਰਾਂਗਾ ਗੱਲ ਨੂੰ ਕਿ ਆਓ ਬਾਜ਼ ਆਓ ਵਿੱਚ ਹੀ ਮੈਂ ਠੀਕ ਹੋ ਗਿਆ ਅੱਛਾ ਸਾਹਿਬ ਕਬੂਤਰ ਉਡਾਉਣ ਦਾ ਤੁਹਾਡੇ ਕੋਲ ਬੜਾ ਵਾਲਾ ਫਨ ਹੈ ਫੈਸਲਾਬਾਦ ਚ ਜਦੋਂ ਦੀ ਤੁਸੀਂ ਗੇਮ ਕਰ ਰਹੇ ਹੋ ਤੁਸੀਂ ਪਰਫਾਰਮੈਂਸ ਦੇ ਵਿੱਚ ਪੰਜਾਬ ਕੱਪ ਕਿਉਂ ਨਹੀਂ ਉੱਡਦੇ ਸਾਰੀ ਦੁਨੀਆ ਪੁੱਛਦੀ ਕਿ ਏਡੇ ਵਾਲਾ ਕਬੂਤਰ ਉਡਾਉਂਦੇ ਨੇ ਪੰਜਾਬ ਕਿਉਂ ਨਹੀਂ ਉੱਡਦੇ ਮੈਂ ਜੀ ਸਾਰੀ ਗੱਲ ਤੁਹਾਨੂੰ ਪੁੱਛ ਮੈਂ ਸਰ ਜੀ ਪੰਜਾਬ ਉਦੋਂ ਉਡਾਇਆ ਕਿ ਮੈਂ ਅੱਜ ਅੱਲਾ ਬਖਸ਼ੇ ਇੱਕ ਐਸੇ ਸ਼ਖਸ ਦਾ ਨਾਮ ਲੈਣ ਲੱਗਾ ਮੈਂ ਹਾਰ ਜਿੱਤ ਦੀ ਗੱਲ ਨਹੀਂ ਕਰਦਾ ਸਭ ਤੋਂ ਪਹਿਲੇ ਪੰਜਾਬ ਉੜੇ ਹੀ ਮੈਂ ਫੈਸਲਾਬਾਦ ਚ ਮੈਂ ਇਹ ਗੱਲ ਆਨ ਦੀ ਰਿਕਾਰਡ ਦੱਸ ਦਿਆਂਗਾ ਤੇ ਪੂਰੇ ਪੰਜਾਬ ਚ ਸੈਕਿੰਡ ਮੈਂ ਹੀ ਸੀ ਪੂਰੇ ਪੰਜਾਬ ਚ ਸੈਕਿੰਡ ਮੈਂ ਹੀ ਸੀ ਜਦੋਂ ਛੋਟਾ ਕੀ ਨਾਮ ਸੀ ਉਸ ਲੜਕੇ ਆਜ਼ਮ ਛੋਟਾ ਆਜ਼ਮ ਚੈਂਪੀਅਨ ਹੋਇਆ ਠੀਕ ਹੈ ਜੀ ਹਾਂਜੀ ਉਦੋਂ ਮੈਂ ਹੀ ਸੀ ਨਾ ਉਸ ਤੋਂ ਬਾਅਦ ਮੈਂ ਪੰਜਾਬ ਦੇ ਵਿੱਚ ਬਾਜ਼ੀਆਂ ਲਾਈਆਂ ਜਦੋਂ ਸਾਡੇ ਇੱਥੇ ਘਟਿਆ ਪਾਉਣ ਦਾ ਸ਼ੌਕ ਹੋਇਆ ਉਸ ਵਕਤ ਦੇ ਵਿੱਚ ਅਲਹਾਜ ਅਸਲਮ ਭੱਟ ਸਾਹਿਬ ਦੇਖੋ ਇਹ ਕੋਈ ਮੈਂ ਨਕਾਤੀ ਨਹੀਂ ਕਰਨ ਲੱਗਾ ਮੈਂ ਆਪਣੀ ਇੱਕ ਡੈਫੀਨੇਸ਼ਨ ਦੱਸਣ ਲੱਗਾ ਕਿ ਪੰਜਾਬ ਕਿਉਂ ਨਹੀਂ ਖੇਡਦੇ ਮੈਂ ਉਸ ਵਕਤ ਖੇਡਿਆ 12-13 ਜਦੋਂ ਏਸ਼ੀਅਨ ਟਾਈਗਰ ਕਹਿੰਦੇ ਸੀ ਉਹਨਾਂ ਨੂੰ ਤੇ ਮੈਂ ਬਾਜ਼ੀ ਲਾਈ ਸੀ ਤੇ ਇੱਕ ਫੜਕ ਭਰਤੀ ਸੀ ਤੇ ਮੈਂ ਜਿੱਤ ਗਿਆ ਸੀ ਇੱਕ ਮਿੰਟ ਤੋਂ ਤੂਫਾਨ ਚ ਯਾਨੀ ਕਿ 4-1 ਤੋਂ ਮੈਂ ਜਿੱਤਿਆ ਸੀ 4-1 ਤੋਂ ਏਸ਼ੀਅਨ ਟਾਈਗਰ ਨੂੰ ਠੀਕ ਹੈ ਜੀ ਹੋਰ ਬਹੁਤ ਸੇ ਅਸਾਤਦਾ ਵਾ ਲੇਕਿਨ ਇੱਥੇ ਅਸੀਂ ਹਾਰ ਜਿੱਤ ਦੀ ਗੱਲ ਕਰੀਏ ਬੰਦੇ ਸਮਝਦੇ ਤਜ਼ਲੀਲ ਕਰ ਰਹੇ ਉਸਤਾਦਾਂ ਨੂੰ ਲੇਕਿਨ ਮੈਂ ਹੋਰ ਕੋਈ ਨਾਮ ਨਹੀਂ ਲਵਾਂਗਾ ਲੇਕਿਨ ਮੈਂ ਬੇਸ਼ੁਮਾਰ ਉਸਤਾਦਾਂ ਨਾਲ ਉੜਿਆ ਬੱਚਿਆਂ ਦੀ ਬਾਜ਼ੀ ਉੜਿਆ ਵੱਡੀਆਂ ਉੜਿਆ ਫੈਸਲਾਬਾਦ ਦੇ ਵਿੱਚ ਰੱਖ ਕੇ ਉੜਿਆ ਜਦੋਂ ਪੰਜਾਬ ਦਾ ਨਾਮ ਹੀ ਨਹੀਂ ਸੀ ਕੋਈ ਲੈਂਦਾ ਮੈਂ ਉਸ ਵਕਤ ਉੜਿਆ ਤੇ ਗੱਲ ਇਹ ਹੈ ਕਿ ਹੁਣ ਕਿਉਂ ਨਹੀਂ ਉੜ ਰਹੇ ਹੁਣ ਸਰ ਮੇਰੇ ਕੋਲ ਟਾਈਮ ਸ਼ੌਰਟ ਆ ਥੋੜਾ ਲੇਕਿਨ ਹੁਣ 2 ਸਾਲ ਤੋਂ ਬਾਅਦ ਕੁਛ ਬੰਦਿਆਂ ਨੇ ਗੱਲਾਂ ਐਸੀਆਂ ਕੀਤੀਆਂ ਜਿੱਥੇ ਮੈਂ ਬਹਿੰਦਾ ਉੱਡਦਾ ਸੀ ਇੱਕ ਟਾਈਮ ਤੇ ਮੈਨੂੰ ਆ ਪਿੱਛੇ ਜੀ ਇਸ ਤਰ੍ਹਾਂ ਆ ਗਿਆ ਜਿਵੇਂ ਮੈਂ ਭੁੱਲ ਗਿਆ ਸਾਰਾ ਕੁਛ ਮੈਂ ਹੋਮਵਰਕ ਤੇ ਸੀ ਅੱਛਾ ਜੀ ਹੋਮਵਰਕ ਸਮਝਦੇ ਹਾਂਜੀ ਕੁਛ ਕਬੂਤਰ ਮੈਂ ਐਸੇ ਮਤਲਬ ਬਣਾਉਣਾ ਚਾਹ ਰਿਹਾ ਸੀ ਕਿ ਮੇਰਾ ਦਿਲ ਕਰ ਰਿਹਾ ਸੀ ਕਿ ਯਾਰ ਕੋਈ ਅੱਛੀ ਨਸਲ ਕੋਈ ਐਸੀ ਕੋਈ ਡਿਵੈਲਪ ਕਰਾਂ ਇਹ ਵੀ ਇੱਕ ਅਸਾਸਾ ਬਿਲਕੁਲ ਮੈਂ ਸਮਝਦਾ ਮੇਰੀ ਜ਼ਿੰਦਗੀ ਦਾ ਕਿਉਂਕਿ ਮੈਂ ਬੜਾ ਟਾਈਮ ਦਿੱਤਾ ਹੈ ਸਹੀ ਗੱਲ ਤੇ ਮੈਂ ਕੁਛ ਕਬੂਤਰ ਵੀ ਬਣਾ ਰਿਹਾ ਸੀ ਅਲਹਮਦੁਲਿਲਾ ਮੇਰੇ ਕੋਲ 300-400 ਜੋੜਾ ਮੈਂ ਖੁਦ ਕਫੀਲ ਹਾਂ ਔਰ ਅੱਜ ਮੈਂ ਅਗਰ ਇਹ ਗੱਲ ਕਰਾਂ ਕਿ ਕਿਸੇ ਅੱਛੀ ਛੱਤ ਤੇ ਮੈਂ ਕਬੂਤਰ ਛੱਡ ਦਵਾਂ ਇੱਕ ਅੱਲਾ ਦਾ ਨਿਜ਼ਾਮ ਆ ਉੱਪਰ ਅੱਲਾ ਦਾ ਹੁਕਮ ਆ ਕਿ ਇਹਨੂੰ ਮੈਂ ਇੱਜ਼ਤ ਦੇਣੀ ਇਹਨੂੰ ਮੈਂ ਜ਼ਿੱਲ ਉਸ ਤੋਂ ਬਾਅਦ ਅਲਹਮਦੁਲਿਲਾ ਕੋਈ ਜਿੱਤ ਨਹੀਂ ਸਕਦਾ ਉਡਾਣ ਵਾਲਾ ਹੋਵੇ ਮਤਲਬ ਹਾਰ ਜਿੱਤ ਹੋਏਗੀ ਫਿਰ ਜੇ ਕਿਸੇ ਦੇ 8 ਵਜੇ ਬੈਠੇ ਤਾਂ ਉਹ ਵੀ 8 ਵਜੇ ਹੀ ਬਹਿਣਗੇ ਮਤਲਬ ਇਹ ਚੀਜ਼ ਬਣਾ ਬਣਾਈ ਦੇ ਵਿੱਚ ਲੱਗ ਗਏ ਔਰ ਕੰਮ ਸ਼ਾਮ ਆਪਣਾ ਕੀਤਾ ਕੁਛ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜ਼ਿੰਦਗੀ ਚ ਪਿੱਛੇ ਰਹਿ ਗਏ ਫਿਰ ਇਹ ਜਿੱਥੇ ਅਸੀਂ ਬੈਠੇ ਹਾਂ ਹਾਂਜੀ ਮਤਲਬ ਇਹ ਪ੍ਰੋਪਰਟੀ ਵੀ ਹੁਣ ਮੈਂ ਘਰ ਵਾਸਤੇ ਖਰੀਦੀ ਮਤਲਬ 26-27 ਮਤਲਬ ਬਿਲਕੁਲ ਸਟੇਡੀਅਮ ਇਕਬਾਲ ਸਟੇਡੀਅਮ ਦੇ ਨਾਲ ਤੇ ਹੋਰ ਮਤਲਬ ਬੇਹੱਦ ਤੁਹਾਨੂੰ ਪਤਾ ਮੈਂ ਲਫੰਟਰ ਆਦਮੀ ਸੀ ਤੇ ਕਮਾਉਣਾ 1 ਲੱਖ ਤੇ ਖਾਣਾ 1.25 ਲੱਖ ਰਾਤ ਨੂੰ ਫਿਰ ਥੋੜਾ ਜਿਹਾ ਬੱਚੇ ਵੱਡੇ ਹੋਏ ਫਿਰ ਵਿੱਚ ਥੋੜਾ ਜਿਹਾ ਮੈਂ ਇੱਕ ਓਪਰੇਸ਼ਨ ਮੇਰਾ ਹੋਇਆ ਮੈਂ ਥੋੜਾ ਜਿਹਾ ਬਿਮਾਰ ਰਿਹਾ ਤੇ ਫਿਰ ਮੈਂ ਸੋਚਿਆ ਯਾਰ ਕੁਛ ਕਰਨਾ ਚਾਹੀਦਾ ਬੱਚਿਆਂ ਲਈ ਵੀ
ਫਿਰ ਮੈਂ 2 ਸਾਲ ਐਬਸੈਂਟ ਰਿਹਾ। ਹੁਣ ਤੁਸੀਂ ਪ੍ਰੋਪਰ ਮੈਂ ਪ੍ਰੋਪਰ ਆ ਗਿਆ, ਮੈਂ ਜੇਡਸ ਦੇ ਵਿੱਚ ਕਹਿਤਾ ਸੀ ਮੈਂ ਆ ਗਿਆ, ਠੀਕ ਹੈ। ਔਰ ਅਲਹਮਦੁਲਿਲਾ ਇਤਨੇ ਟੈਂਪਰੇਚਰ ਦੇ ਵਿੱਚ, ਤੇ ਜਿਹੜੀ ਛੱਤ ਇੱਕ ਪੰਜਾਬ ਵਾਸਤੇ ਬਣਾ ਰਹੇ ਹੋ ਉਹਦਾ ਜ਼ਿਕਰ ਨਹੀਂ ਕਰ ਰਹੇ ਤੁਸੀਂ, ਭਾਈ ਕਾਸ਼ੀ ਨੇ ਬਣਾਇਆ ਜੀ ਪੈਲਸ ਮਾਸ਼ਾਅੱਲਾ। ਅੱਛਾ ਜੀ। ਔਰ ਮੈਂ ਇਹ ਦਾਅਵੇ ਨਾਲ ਕਹਿੰਦਾ ਕਿ ਫੈਸਲਾਬਾਦ ਦੇ ਵਿੱਚ ਐਸਾ ਪੈਲਸ ਨਹੀਂ ਹੋਏਗਾ ਕਬੂਤਰਬਾਜ਼ੀ ਲਈ, ਕਬੂਤਰਬਾਜ਼ੀ ਲਈ। ਔਰ ਵੈਸੇ ਵੀ ਅਲਹਮਦੁਲਿਲਾ ਮਤਲਬ ਉਹਨਾਂ ਨੇ ਐਸਾ ਇੱਕ ਫਾਰਮ ਹਾਊਸ ਬਣਾਇਆ, ਇੱਕ ਛੱਤ ਸਾਡੀ ਹੁਣ ਉਹ ਉੜਿਆ ਕਰੇਗੀ, ਇੱਕ ਛੱਤ ਇਹੀ ਉੜੇਗੀ, ਬਾਰੇ ਕੁਝ ਪੁੱਛਿਆ ਤੇ ਨਾ ਤੁਸੀਂ ਮੈਨੂੰ ਕੋਈ ਦੱਸਿਆ ਕਿ ਆਹ ਗੱਲ ਕਰਨੀ ਹੈ ਜਾਂ ਨਹੀਂ ਕਰਨੀ। ਸਰ ਅੱਲਾ ਗਵਾਹ ਵਾ, ਕੋਈ ਚੀਜ਼ ਪਲਾਂਟਡ ਨਹੀਂ ਹੈ, ਕੋਈ ਪਲਾਂਟਡ ਨਹੀਂ। ਦੂਸਰੀ ਗੱਲ ਇਹ, ਤੁਸੀਂ ਬਿਹਤਰੀਨ ਪਲੇਅਰ ਹੋ, ਐਸਨ ਪੁਰੀ ਸਾਹਿਬ ਬਿਹਤਰੀਨ ਪਲੇਅਰ ਹੈ, ਅਸਗਰ ਦੁਮਟ ਬਿਹਤਰੀਨ ਪਲੇਅਰ ਹੈ, ਹਾਫਜ਼ ਫੁਰਕਾਨ ਬਿਹਤਰੀਨ ਪਲੇਅਰ ਹੈ, ਸ਼ਹਿਜ਼ਾਦਾ ਕਸਾਈ ਬਿਹਤਰੀਨ ਪਲੇਅਰ ਹੈ, ਮਹਿਰ ਭੋਲਾ ਮੰਡੀ ਵਾਲਾ ਬਿਹਤਰੀਨ ਪਲੇਅਰ ਹੈ, ਫੈਸਲਾਬਾਦ ਦੇ ਵਿੱਚ ਹਾਜੀ ਅਹਿਮਦ ਜ਼ਮਾਨ ਸਾਹਿਬ, ਹੋਰ ਵੀ ਬਹੁਤ ਸਾਰੇ ਬੇਸ਼ੁਮਾਰ ਨਾਮ ਆ ਜਿਹੜੇ ਬਿਹਤਰੀਨ ਪਲੇਅਰ ਆ, ਤੇ ਸਾਰੇ ਹੀ ਅੱਛਾ ਸ਼ੌਕ ਕਰਦੇ ਨੇ, ਸਾਰੇ ਹੀ ਇੱਕ ਦੂਜੇ ਦੀ ਕਾਮਯਾਬੀ ਨੂੰ ਔਰ ਹਰ ਇੱਕ ਦੇ ਉਡਾਉਣ ਵਾਲੇ ਕਬੂਤਰਾਂ ਤੋਂ ਮਤਲਬ ਪੂਰਾ ਨੋਟਿਸ ਰੱਖਦੇ ਨੇ ਕਿ ਕਿਹੜੀ ਕਿਹੜਾ ਐਸਾ ਜ਼ਹਿਰ ਬੋ ਦਿੱਤਾ ਗਿਆ ਕਿ ਜਿਹੜਾ ਇਹ ਪੰਜ ਜਾਂ ਚਾਰ ਬੰਦੇ ਸ਼ੌਕ ਦੀ ਖਾਤਰ ਵਿੱਚ ਹੀ, ਤੁਸੀਂ ਵੀ ਵਿੱਚ ਹੀ, ਅਸਨ ਪੁਰੀ ਵਿੱਚ ਹੀ, ਮੈਂ ਤਾਰਕ ਵਿੱਚ ਹੀ, ਕਮਲ ਜ਼ਮਾਨ ਅਵਾਨ, ਜਿਤਨੇ ਵੀ ਸਾਡੇ ਵੱਡੇ ਉੱਤੇ ਮੇਨ ਬੈਠੇ ਨੇ, ਜਾਤੀ ਤੇ ਕਿਸੇ ਦਾ ਮਸਲਾ ਹੈ ਨਹੀਂ ਕਿ ਜਿਹੜਾ ਬੰਦਾ ਕਵੇ ਕਿ ਜੀ ਮੇਰੀ ਜਾਤੀ ਆ ਤੇ ਗੱਲ ਮੁੱਕ ਨਹੀਂ ਸਕਦੀ। ਤੇ ਜੇ ਅਗਰ ਸਾਰੇ ਰੀਅਲ ਪਲੇਅਰ ਨੇ ਤੇ ਫਿਰ ਇਹ ਸਾਰੇ ਅੱਲਾ ਵਾਸਤੇ ਗੱਲ ਨੂੰ ਛੱਡ ਕੇ ਇਕੱਠੇ ਕਿਉਂ ਨਹੀਂ ਹੋ ਸਕਦੇ? ਔਰ ਅਗਰ ਇਹ ਇਕੱਠੇ ਨਹੀਂ ਹੋ ਰਹੇ ਤੇ ਮੇਰਾ ਖਿਆਲ ਹੈ ਕਿ ਸਾਰੇ ਇੱਕ ਦੂਜੇ ਤੋਂ ਡਰਦੇ ਨੇ ਜਾਂ ਸਾਰਿਆਂ ਨੂੰ ਮਤਲਬ ਕਬੂਤਰਬਾਜ਼ੀ ਕਰਨ ਲੱਗਿਆਂ ਪ੍ਰੋਬਲਮ ਹੈ ਕਿਸੇ ਨੂੰ ਕਿਸੇ ਨਾ ਕਿਸੇ ਨੂੰ ਕਿਸੇ ਨਾ। ਲਾਹੌਰ ਸ਼ਹਿਰ ਇੱਕ ਮਿਸਾਲੀ ਸ਼ਹਿਰ ਹੈ, ਬੜੇ ਬੜੇ ਕਾਮਯਾਬ ਬੰਦੇ, ਬੜੇ ਬੜੇ ਲੈਜੈਂਡ ਆਦਮੀ, ਬੜੀ ਬਦਮਾਸ਼ੀ ਵਾਲੇ, ਦਲੇਰੀ ਵਾਲੇ, ਲੜਾਈ ਝਗੜੇ ਵਾਲੇ, ਹਰ ਤਰ੍ਹਾਂ ਦਾ ਬੰਦਾ ਉਸ ਗੇਮ ਦੇ ਵਿੱਚ ਹੈ। ਉਹਨਾਂ ਦਾ ਵੱਡਾ ਨਿਜ਼ਾਮ ਹੀ ਨਹੀਂ ਹੈ, ਉਹ ਇਤਨਾ ਅੱਛਾ ਸ਼ੌਕ ਕਰ ਰਹੇ ਨੇ। ਔਰ ਉਹ ਮੈਂ ਯਕੀਨ ਕਰੋ ਜਿਤਨੇ ਵੀ ਇਕੱਠ ਦੇਖੇ ਨੇ, ਜਿਤਨੀਆਂ ਵੀ ਉਹਨਾਂ ਦੀਆਂ ਮਹਿਫਲਾਂ ਮੀਟਿੰਗਾਂ ਅਟੈਂਡ ਕੀਤੀਆਂ, ਬਾਜ਼ੀਆਂ ਦੇ ਇਕੱਠ ਦੇਖੇ ਨੇ, ਮੈਂ ਤੇ ਕਦੀ ਕਿਸੇ ਨੂੰ ਤੂੰ ਕਹਿੰਦੇ ਵੀ ਨਹੀਂ ਦੇਖਿਆ। ਇੱਥੇ 10 ਬੰਦੇ ਨਹੀਂ ਹੈਗੇ ਇਸ ਲੈਵਲ ਦਾ ਸ਼ੌਕ ਕਰਨ ਵਾਲੇ, ਲੇਕਿਨ 10 ਬੰਦਿਆਂ ਦੀਆਂ ਰੁੱਤਾਂ ਵੱਖਰੀਆਂ ਨੇ, 10 ਦੇ ਕਾਨੂੰਨ ਵੱਖਰੇ ਨੇ। ਇਸ ਗੱਲ ਨੂੰ ਸਮੇਟਦੇ ਹੋਏ ਦੱਸੋ ਕਿ ਅਗਰ ਸੁਲਾਹ ਕੀਤੀ ਜਾਏ ਤਾਂ ਤੁਸੀਂ ਸੁਲਾਹ ਦੇ ਹੱਕ ਦੇ ਵਿੱਚ ਹੈ ਉਹ ਮਨੋਵਾਨ, ਜਿੱਦਾਂ ਕੋਈ ਆਵੇ ਆਵੇ ਜਾਂ ਕੋਈ ਤੁਹਾਡੇ ਮੁਤਾਬਕ ਕੋਈ ਚੀਜ਼ ਤੁਸੀਂ ਫੀਲ ਕਰ ਰਹੇ ਹੋ ਕਿ ਯਾਰ ਇਹ ਚੀਜ਼ ਗਲਤ ਸੀ, ਇਹਨੂੰ ਇੰਜ ਕੀਤਾ ਜਾਏ ਤੇ ਮੈਂ ਹਾਜ਼ਰ ਹਾਂ ਤੇ ਮੇਰੇ ਸਾਰੇ ਦੋਸਤ ਵੀ ਹਾਜ਼ਰ ਆ ਸ਼ੌਕ ਦੀ ਬਿਹਤਰੀ ਲਈ। ਬੜੀ ਜਾਮੇ ਗੱਲ ਕਰਨੀ ਮੈਂ, ਬਿਲਕੁਲ ਠੀਕ। ਮੈਂ ਅੱਜ ਤੱਕ ਕਿਸੇ ਨੂੰ ਆਪਣੇ ਤੋਂ ਇਹ ਮੇਰਾ ਲਾਗਵਾ ਹਕੀਰ ਨਹੀਂ ਸਮਝਿਆ, ਠੀਕ ਹੈ, ਬਿਹਤਰ ਹੀ ਸਮਝਿਆ। ਮੈਂ ਹਰ ਬੰਦੇ ਨੂੰ ਅੱਛਾ ਪਲੇਅਰ ਹੀ ਸਮਝਿਆ, ਠੀਕ ਹੈ ਜੀ। ਜਿਹਦੇ ਉੜ ਜਾਣ ਅਲਹਮਦੁਲਿਲਾ, ਅਸੀਂ ਉਹਨੂੰ ਜੇ ਅਸੀਂ ਇਕੱਠ ਕਰਾਇਆ ਜੀ ਤੇ ਟਾਈਮ ਦਿੱਤਾ, ਉਹਨਾਂ ਦੇ ਬੰਦੇ ਆਏ ਤੇ ਬੰਦਿਆਂ ਨੇ ਮੈਨੂੰ ਕਿਹਾ ਸਟੇਜ ਤੋਂ ਨਹੀਂ ਉੱਠਣਾ, ਤੁਸੀਂ ਸਟੇਜ ਤੋਂ। ਮੈਂ ਕਿਹਾ ਇਹ ਮਹਿਮਾਨ ਜਿਹੜੇ ਇਹਨਾਂ ਲੋਕਾਂ ਦੇ ਆਏ ਨੇ, ਇਹ ਸਾਡੇ ਮਹਿਮਾਨ ਨੇ ਫੈਸਲਾਬਾਦ ਆ, ਮੇਰੇ ਥੱਲੇ ਜਾ ਕੇ ਬਹਿਣ ਨਾ, ਮੇਰਾ ਕੱਦ ਨਹੀਂ ਛੋਟਾ ਹੋਇਆ। ਤੇ ਬੰਦਿਆਂ ਨੂੰ ਇੱਕ ਤੇ ਇਹ ਸਟੇਜ ਫੋਬੀਆ, ਠੀਕ ਹੈ, ਫੋਬੀਆ, ਸਟੇਜ ਫੋਬੀਆ, ਇੱਕ ਫੋਟੋ ਸੈਸ਼ਨ ਫੋਬੀਆ, ਠੀਕ ਹੈ। ਅੱਛਾ ਲਿਸਟ ਕੋਈ ਜਾ ਰਹੀ, ਇੱਕ ਕਹਿੰਦਾ ਮੇਰੀ ਫੋਟੋ ਲਾ ਦੇ, ਇੱਕ ਕਹਿੰਦਾ ਮੇਰੀ ਫੋਟੋ ਲਾ ਦੇ। ਭਾਈ ਜਾਨ, ਮੈਂ ਮਾਜ਼ਰਤ ਕੇ ਸਾਥ, ਬਹੁਤ ਮਾਜ਼ਰਤ ਕੇ ਸਾਥ ਇਹ ਕਹਿਣਾ ਚਾਹਤਾ ਹੂੰ
परफॉर्मर बने, परफॉर्मर बनकर स्टेज पर आए, दुनिया को दिखाएं कि मैं आज 10 कप उड़े थे, मैं सारे 10 कपों में पूरा शहर था, मैं जीत के बैठ के स्टेज पे आया हूँ। सही है। ना कि आप तस्वीरी झलकियां चलाएं। सही है। और जो बंदे मतलब पैसा जितना मर्जी है सबके पास है, सारे खाना खा के सोते हैं, मतलब ये कुछ सीनियोरिटी का लेवल नहीं है। लेवल वही है, हम एक दूसरे की इज्जत नहीं करेंगे, हम एक दूसरे को मतलब सीनियर लेवल पे गिनेंगे नहीं, मतलब ये देखेंगे कि मैं टसौन च आया ते कोरे च आया ते मैं बहुत वड्डा बंदा। इन्हां चीजां ने पर्सनैलिटी कलैश ने, लो जी अज मैं गल इस पर्सनैलिटी कलैश ने शहर का शौक उड़ा के रखा। अच्छा साहब जी एक करी जान, अगर असी अपनी गल करिए, हर बंदा अपनी गल कर सकदा ना, किसी दी ते कोई भी बंदा गल नहीं कर सकदा, अपनी गल करिए, मुखालवत एक पासे रही। ऐसा मैं हर जगह ते हाजर, इन्नी दुनिया जेड़ी देख रही है सुन रही है, अल्लाह गवाह। मैं पूरा हुन अगे कबूतरबाजी दे मूड च नहीं सी, मैं हुन पूरा कबूतर परवरी कबूतरबाजी दे मूड च। सही है, ठीक है, रिलैक्स फील कर रहे अंदरों बाहरों, ठीक है, जो दुख दर्द सारे खत्म हो गया, आके खत्म करके एक शौक दे विच वापसी चाह रहे हैं। ਉਸਤਾਦ ਜੀ ਇੱਕ ਗੱਲ ਹੋਰ ਵੀ ਹੈ, ਇਹ ਤੇ ਮੈਨੂੰ ਪਤਾ ਹੈ ਕਿ ਤੁਸੀਂ ਇਨਸ਼ਾਅੱਲਾ ਤਾਲਾ ਬਿਹਤਰੀਨ ਕਿਰਦਾਰ ਅਦਾ ਕਰੋਗੇ। ਜਿਹੜੇ ਦੋਸਤ ਨੇ ਫੈਸਲਾਬਾਦ ਦੇ ਸ਼ਾਇਕੀਨ ਨੇ, ਜਿਹੜੇ ਚੰਗੇ ਸ਼ੌਕ ਦੇ ਮੁੰਤਜ਼ਰ ਨੇ, ਹੁਣ ਮਿਸਾਲ ਦੇ ਤੌਰ ਤੇ ਤੁਸੀਂ ਉੱਡਣ ਡਏ ਹੋ ਆਪਣੀ ਯੂਨੀਅਨ ਚ, ਹਾਫਿਜ਼ ਸਾਹਿਬ ਉੱਡਣ ਡਏ ਨੇ ਫੁਰਕਾਨ ਸਾਹਿਬ ਆਪਣੀ ਯੂਨੀਅਨ ਚ, ਅਹਿਸਨ ਪੁਰੀ ਸਾਹਿਬ ਉੱਡਣ ਡਏ ਨੇ ਆਪਣੀ ਯੂਨੀਅਨ ਚ, ਫੈਸਲਾਬਾਦ ਦੇ ਵਿੱਚ ਤੇ 7 ਚੈਂਪੀਅਨ ਹੋ ਗਏ। ਹੁਣ ਅਸਲ ਬੰਦਾ ਜੇ ਬਾਹਰੋਂ ਬਾਹਰ ਹਿਸਾਬ ਕਰੀਏ, ਕਹਿੰਦਾ ਮੇਰੇ ਘੰਟੇ ਬਹੁਤੇ ਨੇ ਮੈਂ ਉੱਤੇ ਆ, ਲੇਕਿਨ ਉਹ ਜਿਹੜੇ ਬੰਦੇ ਨਾਲ ਨੀ ਉੱਡੇ ਆਉਂਦੇ ਉਹ ਕਹਿੰਦੇ ਭਾਈ ਅਸੀਂ ਤੇ ਉੱਡੇ ਹੀ ਨਹੀਂ ਆ, ਸਾਡਾ ਤਾਂ ਮੁਕਾਬਲਾ ਹੈ ਹੀ ਨਹੀਂ। ਰੀਸੈਂਟਲੀ ਪਰਸੋਂ ਇੱਕ ਕੱਪ ਉੱਡਿਆ, ਪਰਸੋਂ ਉੱਡਿਆ, ਜੁਮਾ ਸੀ ਪਰਸੋਂ। ਅੱਛਾ ਜੀ। ਅੱਛਾ ਇੱਕ ਤੇ ਯੂਨੀਅਨ ਹੋ ਗਈ ਮੀਆਂ ਸਾਹਿਬ ਵਾਲੀ, ਠੀਕ ਹੈ, ਇੱਕ ਚੋਰੀ ਸਾਹਿਬ ਵਾਲੀ, ਠੀਕ ਹੈ, ਇਹ ਤੇ ਹੋ ਗਈ ਹੋ ਗਈ। ਇਸ ਤੋਂ ਇਲਾਵਾ ਬੇਸ਼ੁਮਾਰ ਯੂਨੀਅਨ ਛੁੱਟੀਆਂ ਨੇ, ਉਹਨਾਂ ਦੇ ਵੰਡੇ ਵੀ ਸੀ, ਠੀਕ ਹੈ, ਉਹ ਚ 40-40, 45-45 ਪੂਰੇ ਸ਼ਹਿਰ ਦੀਆਂ ਚੱਟਾਂ ਸੀ, ਪੂਰੇ ਜ਼ਿਲ੍ਹੇ ਦੀ, ਠੀਕ ਹੈ, ਇਸ ਤਰ੍ਹਾਂ ਹੀ ਪੂਰੇ ਜ਼ਿਲ੍ਹੇ ਦੀਆਂ, ਮੈਂ ਵੀ ਸੀ, ਠੀਕ ਹੈ, ਤੇ ਮੈਂ ਜਿੱਤੀ ਗਿਆ, ਮੈਂ ਸਭ ਨੂੰ ਜਿੱਤੀ ਗਿਆ ਨਾ, ਸਭ ਨੂੰ ਜਿੱਤ, ਮੇਰਾ ਅੰਦਰ ਮੁਤਮਿਨ ਹੋ ਗਿਆ, ਹੋ ਗਿਆ ਕਿ ਯਾਰ ਮੈਂ ਬੱਚੇ ਪਾਏ ਇਹਨੇ ਨੇ, ਉਹ ਮੈਂ ਦੱਸ ਨਹੀਂ ਸਕਦਾ ਜੋ ਤੁਹਾਨੂੰ ਦੱਸਿਆ ਸੀ ਅੱਗੇ ਇਕੱਲੇ ਨੂੰ, ਸਮਝਦੇ ਹੋ, ਤੁਹਾਨੂੰ ਪਤਾ ਕੀ ਲੈਵਲ ਹੋ ਗਿਆ, ਯਕੀਨ ਕਰੋ ਅੱਲਾ ਦੀ, ਇੱਥੇ ਹੀ ਬੋਲਦੇ ਹੋ, ਕੋਈ ਨੀ, ਖੈਰ ਨਹੀਂ ਦੇਖੋ ਮਾਰੇ ਸ਼ੇਰ ਕੀ ਆਓ, ਯਕੀਨ ਕਰੋ ਕਿ ਇਤਨਾ ਉਹਨਾਂ ਨੇ ਮੈਨੂੰ ਮਜ਼ਾ ਦਿੱਤਾ ਅੱਲਾ ਦੀ ਕਿਸਮ ਕੇ, ਮੈਂ ਆਪਣੇ ਆਪ ਨੂੰ ਸਾਜੀ, ਅਸੀਂ ਤਾਂ ਉਹਨਾਂ ਨੂੰ 15 ਦਿਨ ਪਹਿਲੇ ਵੇਖ ਕੇ ਕਹਿ ਦਿੱਤਾ ਸੀ, ਕਾਮਯਾਬ ਫੀਲ ਕਰ ਰਹੇ ਹਾਂ। ਯਕੀਨ ਕਰੋ ਕੁਛ ਬੱਚੇ ਮੈਚ ਤੋਂ ਨਹੀਂ ਪਾਏ, ਓਵਰ ਟਾਈਮ ਬਹਿਣ ਲੱਗ ਪਏ, ਓਵਰ ਟਾਈਮ, ਤੇ ਗੱਲ ਇਹ ਹੈ ਕਿ ਅੱਲਾ ਤਾਲਾ ਨੇ ਹਾਰ ਜਿੱਤ, ਕੋਈ ਕਦਾ ਕਬੂਤਰ ਵੀ ਮੀਆਂ ਲਿਆ ਕੇ ਦਿਖਾ ਸਕਦਾ, ਦੱਸੋ ਕਿਹੜਾ ਕਿਹੜਾ ਲੈ ਬਾਈ, ਲੇਕਿਨ ਯਾਰ ਇਹ ਪਰਸਨੈਲਿਟੀ ਕਲੈਸ਼ ਕਰ ਰਿਹਾ ਹੋਇਆ ਬਈ। ਗੱਲ ਇਹ ਆ ਕਿ ਉਸਤਾਦ ਜੀ ਇੱਥੇ ਗੱਲ ਕੱਟਦੇ ਹਾਂ, ਅਸੀਂ ਵਿੱਚ ਹੀ, ਮੈਂ ਵੀ ਮੀਡੀਆ ਪਰਸਨ ਤੇ ਬਾਅਦ ਦੇ ਵਿੱਚ ਬਣਿਆ, ਪਹਿਲੇ ਸ਼ਹਿਰ ਦੇ ਵਿੱਚ ਰਹਿਣ ਵਾਲਾ ਬਾ, ਅਸੀਂ ਦੋਸਤ ਅਹਿਲਿਆਨੇ ਫੈਸਲਾਬਾਦ ਚਾਹੁੰਦੇ ਹਾਂ ਕਿ ਅਗਰ ਤੇ 10 ਬਾਜੀ ਹੈ ਫਿਰ ਬਾਜੀ ਨਾ ਉੱਡੇ, ਲੇਕਿਨ ਅਹਿਸਨ ਪੁਰੀ ਸਾਹਿਬ ਟਾਪ ਦੇ ਪਲੇਅਰ ਨੇ, ਅਸਗਰ ਡੁੰਮਰ ਟਾਪ ਦਾ ਪਲੇਅਰ ਹੈ, ਹਾਫਿਜ਼ ਸਾਹਿਬ ਟਾਪ ਦੇ ਪਲੇਅਰ ਨੇ, ਤੁਸੀਂ ਟਾਪ ਦੇ ਪਲੇਅਰ ਹੋ, ਤੁਹਾਡੀ ਅਸੀਂ ਆਪਸ ਦੇ ਵਿੱਚ ਨਾ ਹੱਥਾਂ 'ਚ ਹੱਥ ਪਏ, ਕਬੂਤਰ ਸਾਨੂੰ ਏਦਾਂ ਉਡਾ ਕੇ ਦਿਖਾਓ, ਸਾਨੂੰ ਏਦਾਂ ਨਹੀਂ ਕਿ ਜ਼ਿਲ੍ਹਾ ਸੀ ਤੇ 70-70 ਸੀ ਮੈਂ ਜਿੱਤ ਗਿਆ, ਉਹ ਤੇ ਜਿੱਤ ਗਏ ਤੁਸੀਂ, ਮੁਬਾਰਕ ਵੀ ਦਿੱਤੀ, 1-1 ਸਾਡੇ ਨਾਲ ਕਬੂਤਰ ਲਾ ਕੇ ਦਿਖਾਓ ਕਿ ਮਤਲਬ 11ਵੀਂ ਬਾਜੀ ਤੱਕ ਪਤਾ ਲੱਗੇ ਕਿ ਕਬੂਤਰ ਨਿਕਲ ਨਿਕਲ ਬਹਿ ਰਹੇ ਨੇ, ਦਿਲਚਸਪੀ ਹੋਵੇ ਤਾਂ ਕਿ ਸਾਨੂੰ ਮਜ਼ਾ ਆਏ ਦੇਖਣ ਦਾ ਵੀ ਤੇ ਦਿਖਾਉਣ ਦਾ। ਹੁਣ ਇੱਕ ਗੱਲ ਹੋਰ ਵੀ, ਸਵਾਲ ਦਾ ਜਵਾਬ ਦੇਣ ਦਿਓ, ਆ ਜਾਓ ਆ ਜਾਓ ਆ ਜਾਓ।
ਕਿੰਨੀ ਕੁ ਵਾਰੀ ਹੱਥ ਹੱਥ ਪਵਾਉਣਾ ਯਾਰ ਉਹ ਮਾਰੀ ਹੋ ਗਿਆ ਨਹੀਂ ਉਹ ਉਹ ਸਰ ਉਹ ਲਿਖਿਆ ਗਿਆ ਨਾ ਮੈਂ ਕਿਹਾ ਸਰ ਗੱਲ ਸੁਣ ਹਾਂਜੀ ਮੈਂ ਨੌਨੋ ਸੀਜ਼ਨ ਉੱਪਰ ਹਾਂ ਮੈਂ ਕਦੀ ਇਹ ਗੱਲ ਨਹੀਂ ਕਰਾਂਗਾ ਕਿਹੜੀ ਗੱਲ ਕਰ ਸਹੀ ਹੈ ਠੀਕ ਹੈ ਅੱਛੀ ਗੱਲ ਮੈਂ ਅਗਰ ਵਾਂਡੇ ਲਾਏ ਨਾ ਵਾਂਡੇ ਮੈਨੂੰ ਜਿੰਨੇ ਮਰਜ਼ੀ ਜਿਹੜੀ ਮਰਜ਼ੀ ਪਰਚੀ ਪੜਾਈ ਮੈਂ ਜੇਬ ਚ ਪਾ ਲਈ ਪਰਚੀ ਮੈਂ ਕੱਢੀ ਸਾਰੇ ਵਾਂਡੇ ਉੜਨ ਤੋਂ ਬਾਅਦ ਹੀ ਆ ਤੇ ਪੈਸੇ ਮੈਂ ਪਹਿਲਾਂ ਹੀ ਅਲਹਮਦੁਲਿਲਾ ਵੰਡ ਦਿੰਦਾ ਹੁੰਦਾ ਯਾਰ ਖਾ ਲੋ ਯਾਰ ਕੋਈ ਗੱਲ ਨੀ ਅੱਲਾਹ ਤਾਲਾ ਆਪਣਾ ਮਦਦਗਾਰ ਆ ਇਨਸ਼ਾਅੱਲਾ ਤਾਲਾ ਹੀ ਜਿੱਤ ਜਾਣਾ ਕਹਿਣ ਦਾ ਮਕਸਦ ਇਹ ਆ ਮੈਂ ਵੀ ਹੁਣ ਇਹ ਚਾਹੁੰਦਾ ਦੇਖੋ ਮੈਂ ਖਿਲਾਫ ਇਸ ਤੋਂ ਆ ਮੈਂ ਕੱਪ ਆਰਗਨਾਈਜ਼ ਕੀਤਾ ਜਦੋਂ ਅਸੀਂ ਇਕੱਠੇ ਸੀ ਹੁਣ ਸਾਰੇ ਦੂਸਰੀ ਦੁਨੀਆ ਆਰਗਨਾਈਜ਼ ਕੀਤਾ ਤੇ ਯਕੀਨ ਕਰੋ ਇਤਨੀ ਐਪਰੀਸ਼ੀਏਸ਼ਨ ਮਿਲੀ ਆ ਇਤਨੇ ਦੋਸਤ ਖੁਸ਼ ਹੋਏ ਕਿ ਯਾਰ ਨਾ ਕੋਈ ਲੜਾਈ ਨਾ ਕੋਈ ਫੱਡਾ ਨਾ ਕਿਸੇ ਦੀ ਕੋਈ ਪੰਚਾਇਤ ਨਾ ਕਿਸੇ ਦੀ ਕੋਈ ਪਰਿਆ ਸਾਰੇ ਆਪਣੇ ਕਬੂਤਰ ਅੜਾ ਕੇ ਘੰਟੇ ਤੇ ਤਸਵੀਰ ਸੁੱਟਦੇ ਹੀ ਸਾਰਿਆਂ ਦੀ ਇਟਸ ਓਕੇ ਠੀਕ ਹੈ ਲੱਖ ਰੁਪਏ ਐਂਟਰੀ ਸੀ ਜਿਹੜੇ ਬੰਦੇ ਲੱਖ ਨੀ ਭਰ ਸਕਦੇ ਸੀਜ਼ਨ ਦਾ ਅਸੀਂ ਉਹਨਾਂ ਲਈ 15-20 ਹਜ਼ਾਰ ਦਾ ਕੱਪ ਉਡਾਇਆ ਠੀਕ ਹੈ ਜੀ ਉਹਦੇ ਵਿੱਚ ਅਲਹਮਦੁਲਿਲਾ ਸੀ ਮਤਲਬ ਕਿਸੇ ਪੋਜੀਸ਼ਨ ਚ ਆ ਗਏ ਜਾਂ ਨਹੀਂ ਜਿੱਤੇ ਪਹਿਲੇ 2 ਲੱਖ ਵਾਲੇ ਉੜੇ ਮੈਂ ਜਿੱਤ ਗਿਆ ਮੇਰੀ ਤੇ ਅਪੀਲ ਆ ਕਿ ਜਿਸ ਤਰ੍ਹਾਂ ਹੁਣ ਸਿਆਲਕੋਟ ਚ ਸਕਾਈ ਕਿੰਗ ਉੱਡ ਰਿਹਾ ਦੁਨੀਆ ਦੇਖਦੀ ਦੁਨੀਆ ਮੰਨਦੀ ਮੈਂ ਚਾਹੁੰਦਾ ਸੀ ਅੱਸੂ ਦੇ ਵਿੱਚ ਚੇਤਰ ਦੇ ਵਿੱਚ ਔਰ ਇੱਕ ਤੁਹਾਡਾ ਜੇਠ ਇਹਦੇ ਵਿੱਚ ਤਮਾਮ ਬੰਦੇ ਇੱਕ ਮੈਂ ਤਾਰਕ ਸਾਹਿਬ ਇਹਨੂੰ 5 ਰੁਕਨੀ ਕਮੇਟੀ ਬਣਾਉਣ ਬੰਦੇ ਚੁਣ ਕੇ ਹਰ ਪਾਸੋਂ ਮੈਂ ਹੀ ਨਹੀਂ ਤੁਸੀਂ ਹਰ ਪਾਸੋਂ ਬੰਦੇ ਚੁਣ ਕੇ ਟੂਰਨਾਮੈਂਟ ਕਮੇਟੀ ਬਣ ਗਈ ਠੀਕ ਹੈ ਸਾਰਾ ਕੁਝ ਤੁਸੀਂ ਕਰੋ ਸਹੀ ਸਾਰਾ ਕੁਝ ਠੀਕ ਹੈ ਠੀਕ ਹੈ ਜੀ ਉਹਦੇ ਬਈ 3 ਮੀਡੀਆ ਪਰਸਨ ਹੋਣ ਜਿਹੜੇ ਕਿਸੇ ਵੀ ਚੱਟ ਦੇ ਉੱਤੇ ਜਾ ਕੇ ਸਵਾਲ ਕਰਨ ਭਾਈ ਕਿੰਨੇ ਬੈਠੇ ਆ ਤੂੰ ਮੁਨਸਫ ਆਇਆ ਕਿੱਥੋਂ ਆਇਆ ਕਿੱਥੇ ਇਹਨਾਂ ਦੇ ਕਬੂਤਰ ਕਿੰਨੇ ਬੈਠੇ ਮੈਨੂੰ ਦਿਖਾਓ ਸਹੀ ਕੋਈ ਰੋਕ ਟੋਕ ਨਾ ਠੀਕ ਹੈ ਫੇਰ ਹੱਥ ਚ ਹੱਥ ਪਵੇ ਤੇ ਫੇਰ ਮਤਲਬ ਦੇਖੇ ਕੰਡ ਕਿਹਦੀ ਲੱਗਦੀ ਤੇ ਸੀਨਾ ਕਿਹਦਾ ਚੌੜਾ ਕਹਿਣ ਦਾ ਮਕਸਦ ਇਹ ਆ ਅੱਛੇ ਪਲੇਅਰ ਨੂੰ ਅੱਛਾ ਪਲੇਅਰ ਵੱਜਣ ਦਿਓ ਠੀਕ ਹੈ ਤੇ ਕੋਈ ਅੱਛੇ ਇਨਾਮਾਤ ਹੋਣ ਕੋਈ ਗ੍ਰੈਂਡ ਟੂਰਨਾਮੈਂਟ ਹੋਵੇ ਕੋਈ ਸੁਲਤਾਨ ਟਰਾਫੀ ਫੈਸਲਾਬਾਦ ਉਹ ਤੇ ਕਰਵਾ ਲੈਣੇ ਸਾਹਿਬ ਜੀ ਇਹ ਦੱਸੋ ਕਿ ਜੇ ਤੁਹਾਨੂੰ ਦੋਸਤਾਂ ਦੀ ਫਰਮਾਇਸ਼ ਤੇ ਤੁਹਾਨੂੰ ਅਗਰ ਕਿਤੇ ਖੜਾ ਕੀਤਾ ਜਾਏ ਸ਼ਹਿਰ ਨੂੰ ਇੱਕ ਕਰਨ ਲਈ ਤੁਸੀਂ ਖੜੇ ਹੋ ਮੈਂ ਬੈਠਾ ਵੀ ਹਾਂ ਬਹਿ ਵੀ ਜਾਓਗੇ ਨਾ ਬਹਿ ਵੀ ਜਾਊਂਗਾ ਬਹੁਤ ਅੱਛਾ ਬਹੁਤ ਸ਼ੁਕਰੀਆ ਕਬੂਤਰ ਦਾ ਕਿਸੇ ਦਾ ਸ਼ੌਕ ਕਰਾਓ ਜਿਹਨੂੰ ਜਿਹੜਾ ਤੁਹਾਡੇ ਨਾ ਘਰ ਜਾ ਕੇ ਵੀ ਦਿਮਾਗ ਚ ਰਹਿੰਦਾ ਜਿਹੜੇ ਕਬੂਤਰ ਬਣਾਏ ਫਰੀਦੀ ਕਾਲੇ ਚੀਨੇ ਉਹ ਕਬੂਤਰ 2 ਭਰਾ ਦਿਖਾਓ ਬਣਾਏ ਜਾਂਦੀ ਕਿ ਅੱਲਾਹ ਤਾਲਾ ਨੇ ਕਬੂਤਰ ਇੱਕ ਲਿਆਂਦਾ ਸੀ ਮੈਂ ਉੜਿਆ ਹੋਇਆ ਇਸ ਕਲਰ ਨੂੰ ਮੈਂ ਜ਼ਿਆਦਾ ਮਤਲਬ ਡੇਂਜਰਸ ਗਿੰਦਾ ਇਹ ਠੱਪੇ ਬੜੇ ਹੁੰਦੇ ਖੂਬਸੂਰਤੀਆਂ ਲੇਕਿਨ ਇਹ ਕਬੂਤਰ ਰਾਈਜ ਹੋ ਚੁੱਕੇ ਆ ਠੀਕ ਹੈ ਇਹਨਾਂ ਦੇ ਵਿੱਚ ਮੈਂ ਕਬੂਤਰ ਫਿਰ ਉਡਾ ਕੇ ਵੀ ਦੇਖੇ ਮੇਰੇ ਕੋਲ 60-70 ਪਈ ਤੱਕ ਉੜੇ ਤੇ ਉਹਨਾਂ ਚ 2-3 ਪੀਸ ਇੱਥੇ ਪਏ ਨੇ ਉਹ ਮੈਂ ਤੁਹਾਨੂੰ ਦਿਖਾਉਣਾ ਕੁਛ ਹੋਰ ਪੱਠੀਆਂ ਪੱਠੇ ਨੇ ਇੱਥੇ ਪਏ ਤੁਹਾਨੂੰ ਉਹ ਦਿਖਾਉਣਾ ਰਾਣਾ ਜਾਸ ਸਾਹਿਬ ਨੇ ਉੱਥੋਂ ਜਰਮਨ ਤੋਂ ਜੀ ਜੀ ਰਾਣਾ ਰਿਆਜ਼ ਸਾਹਿਬ ਉਹ ਆਪਣੇ ਦੋਸਤ ਨੇ ਤੁਹਾਨੂੰ ਪਤਾ ਰਾਣਾ ਮੈਂ ਹਾਲੇ ਤੱਕ ਰੈੱਡ ਸ਼ੂਜ਼ ਪਾ ਰਿਹਾ ਸਾਹਿਬ ਰੈੱਡ ਅੱਛਾ ਇੱਕ ਤੇ ਉਹ ਨੇ ਦੂਜਾ ਸੇਠ ਬਰਾਦਰਾਂ ਨੇ ਆਪਣਾ ਸਾਰੇ ਦੋਸਤ ਦੇਖ ਰਹੇ ਸਭ ਤੁਹਾਨੂੰ ਕਹਿ ਰਹੇ ਰਾਣਾ ਸਾਹਿਬ ਨੂੰ ਸਲਾਮ ਕਹੋ ਸਾਡਾ ਮੈਂ ਕਿਹਾ ਜੀ ਵਾਲੇਕੁਮ ਅਸਲਾਮ ਤੇ ਦੋਸਤੋ ਇਨਸ਼ਾਅੱਲਾ ਤਾਲਾ ਕਬੂਤਰ ਵਾਰੀ ਚ ਹੁਣ ਇੰਨਾ ਭਰਪੂਰ ਇੰਨਾ
ਮੈਂ ਤੇ ਬਿਲਕੁਲ ਇਸ ਹੱਕ ਦੇ ਵਿਚ ਆ ਕਿ ਫੈਸਲਾਬਾਦ ਦਾ ਸ਼ੌਕ ਇੱਕ ਪਲੇਟਫਾਰਮ ਤੇ ਲਿਆਓ, ਲਿਆ ਕੇ ਐਵਰੇਜ ਦਾ ਕੱਪ ਡਾਓ, ਦੋ ਕੱਪ ਡਾਓ, ਜਿਹੜੇ ਐਂਟਰੀ ਅਫੋਰਡ ਨੀ ਕਰ ਸਕਦੇ ਇੱਕੋ ਬਸ ਭਾਈ ਪਾਕ ਆਰਮੀ, ਹਾਂਜੀ ਹਾਂਜੀ ਬਸ ਜੱਟ ਸਾਹਿਬ, ਹਾਂਜੀ ਦਵਾਈਆਂ ਵਾਲੇ, ਹਮ ਕਦੀ ਕੁਛ ਨੀ ਭੁੱਲੇ, ਕਿਉਂ ਨੀ ਭੁੱਲਦੇ ਕਿ ਬਦਾਮ ਚੱਕਦੇ ਚੱਕਦੇ ਯਾਦਾਸ਼ਤ ਬੜੀ ਤੇਜ਼ ਹੋ ਜਾਂਦੀ, ਇੰਨੇ ਚੱਕੀ ਦੇ 65 ਕਿਲੋ ਤੇ ਹੋਣੇ ਲੱਗ ਗਏ। ਲੋ ਜੀ ਨਾ ਸਾਹਿਬ ਨੂੰ ਪਾਨ ਖਾਣ ਦਈਏ, ਉਹਦੇ ਅਸੀਂ ਆਪ ਗੱਪ ਸ਼ਪ ਕਰਦੇ ਹਾਂ ਤੁਹਾਡੇ ਨਾਲ। ਕਬੂਤਰ ਬੜੇ ਬੜੇ ਆਲਾ ਰਾਣਾ ਸਾਹਿਬ ਨੇ ਬਣਾ ਲਏ ਨੇ, ਤੇ ਇਨਸ਼ਾਅੱਲਾ ਤੁਹਾਨੂੰ ਹੁਣ ਅੱਛਾ ਸ਼ੌਕ ਵੀ ਦੇਖਣ ਨੂੰ ਮਿਲੇਗਾ, ਔਰ ਤੁਹਾਨੂੰ ਕਬੂਤਰਬਾਜ਼ੀ ਤੋਂ ਹਟ ਕੇ ਵੀ ਨਾ ਇਨਸ਼ਾਅੱਲਾ ਜਦੋਂ ਹੁਣ ਕਬੂਤਰਬਾਜ਼ੀ ਕਰ ਰਹੇ ਹੋਣਗੇ ਤੁਹਾਨੂੰ ਛੱਤ ਦੇ ਉੱਤੇ ਇਹਨਾਂ ਦੇ ਮਗਰ ਚੜੇ ਰਵਾਂਗੇ, ਤੇ ਇਨਸ਼ਾਅੱਲਾ ਤੁਹਾਨੂੰ ਨਾ ਬਹੁਤ ਕੁਛ ਸਿੱਖਣ ਨੂੰ ਦੋਸਤਾਂ ਨੂੰ ਵੀ ਮਿਲੇਗਾ, ਜਿਹੜਾ ਕਿ ਅਸੀਂ ਅੱਗੇ ਤੋਂ ਅੱਗੇ ਜਿਹੜਾ ਨਾ ਉਹ ਸਦਕਾ ਜਾਰੀ ਹੈ ਸਮਝ ਕੇ ਅੱਗੇ ਵੀ ਚਲਾਉਂਦੇ ਰਹੇ ਹਾਂ, ਇਨਸ਼ਾਅੱਲਾ ਹੁਣ ਵੀ ਦੋਸਤਾਂ ਦੇ ਨਾਲ ਚਲਾਵਾਂਗੇ। ਔਰ ਜਿਤਨੇ ਵੀ ਦੋਸਤਾਂ ਨੇ ਸਲਾਮ ਕਿਹਾ ਸਭ ਨੂੰ ਵਾਲੇਕੁਮ ਸਲਾਮ। ਸੇਠ ਗੱਲ ਦੀ ਨਿਕਲ ਗਈ ਉਸਤਾਦ ਦੇ ਮੂੰਹ ਚੋਂ, ਉਹਦੇ ਵੱਲ ਤਵੱਜੋ ਕਰ, ਲਾਹੌਰ ਘੰਟੇ ਕਰ ਹੀ ਆ। ਆਹੋ ਤੇ ਦੂਸਰੇ ਨੰਬਰ ਤੇ ਹਾਫਿਜ਼ ਨਈਮ ਸਾਹਿਬ ਵੱਲ ਇਨਸ਼ਾਅੱਲਾ ਬਣਾਉਣਾ ਪ੍ਰੋਗਰਾਮ, ਬੜੇ ਫੋਨ ਆਏ ਹਾਫਿਜ਼ ਸਾਹਿਬ ਦੇ। ਜਿਮੀ ਡੌਨ ਜੀ ਉਸਤਾਦ ਜੀ ਸਲਾਮ ਕਹਿ ਰਿਹਾ, ਜਿਮੀ ਭਾਈ ਵਾਲੇਕੁਮ ਅਸਲਾਮ। ਜਿਮੀ ਨੇ ਬੜੀ ਆਲਾ ਛੱਤ ਬਣਾਈ ਲਾਹੌਰ, ਨਈ ਛੱਤ ਸੇ ਜੋ ਆਪ ਉੜੇ ਥੇ ਮਾਸ਼ਾਅੱਲਾ ਬਹੁਤ ਅੱਛੇ ਉੜੇ ਥੇ, ਔਰ ਮੈਂ ਉਮੀਦ ਕਰਤਾ ਹੂੰ ਕਿ ਲਾਹੌਰ ਮੇਂ ਆਪਕਾ ਨਾਮ ਹੋਗਾ, ਔਰ ਆਪਕੋ ਹਮ ਫਿਰ ਏਕ ਦਫਾ ਮੁਬਾਰਕਬਾਦ ਪੇਸ਼ ਕਰਤੇ। ਥੈਂਕ ਯੂ ਥੈਂਕ ਯੂ। ਲਓ ਜੀ ਜਿਮੀ ਭਾਈ ਖੁਸ਼ ਹੋ ਗਏ ਹੋ, ਉਸਤਾਦਾਂ ਨੇ ਮੁਬਾਰਕ ਵੀ ਕਹਿ ਦਿੱਤੀ, ਬਾਬਾ ਭੱਟੀ ਸਾਹਿਬ ਵੀ ਆ ਗਏ ਜੀ ਮਾਸ਼ਾਅੱਲਾ ਉਸਤਾਦ ਬਾਬਾ ਭੱਟੀ। ਬਾਬੇ ਭੱਟੀ ਨੂੰ ਇੱਕ ਯਾਰ ਕਹਿਣਾ ਸੀ, ਬਾਬਾ ਜੀ ਇਹ ਬਾਬੇ ਭੱਟੀ ਦੀ ਨਗਰੀ ਆ, ਫੁੱਦੂਆਂ ਦੀ ਫਕੀਰੀ ਨਹੀਂ ਆ। ਤੋ ਬਾਬਾ ਜੀ ਆਪਕੀ ਛੱਤ ਵੀ ਮਾਸ਼ਾਅੱਲਾ ਮੈਂ ਦੇਖਦਾ ਰਹਿਤਾ ਹੂੰ, ਅੱਲਾਹ ਪਾਕ ਆਪਕੋ ਕਾਮਯਾਬ ਕਰੇ, ਆਪ ਤੀਨੋ ਭਾਈ ਬਹੁਤ ਸ਼ੁਕੀਨ ਹੈ, ਔਰ ਇਨਸ਼ਾਅੱਲਾ ਤਾਲਾ ਮੁਝੇ ਲੱਗ ਰਿਹਾ ਹੈ ਕਿ ਲਾਹੌਰ ਮੇਂ ਆਪਕਾ ਨਾਮ ਹੋਗਾ ਕਿਸੇ ਟਾਈਮ, ਇਨਸ਼ਾਅੱਲਾ। ਉੱਤੋਂ ਤੁਸੀਂ ਸ਼ਹਿਨਸ਼ਾਹ ਦੇ ਮਾਨੀ ਵੀ ਹੋ, ਅਲਮਾ ਵਾਲੇ ਹੋ, ਤੇ ਅਸੀਂ ਵੀ ਸੈਨੀ ਸੂਟ ਤੁਹਾਨੂੰ ਪਤਾ ਸ਼ੌਕ ਨਾਲ ਪਾਈਦਾ, ਤੇ ਇਨਸ਼ਾਅੱਲਾ ਤਾਲਾ ਅਸੀਂ ਦੁਆ ਗੋਆਂ, ਬਲਕਿ ਤਮਾਮ ਦੋਸਤਾਂ ਲਈ ਦੁਆ ਗੋਆਂ, ਅੱਛੇ ਕਬੂਤਰ ਉੜਨ। ਕੋਈ ਐਸਾ ਹਰੀਫ ਫੈਸਲਾਬਾਦ ਦਾ ਜਿਹੜਾ ਤੁਹਾਡਾ ਆਈਡੀਅਲ ਰਿਹਾ ਹੋਵੇ ਜਾਂ ਆਈਡੀਅਲ ਹੋਵੇ? ਸਭ ਤੋਂ ਪਹਿਲੇ ਹੁਣ ਵੀ ਸਭ ਤੋਂ ਪਹਿਲੇ ਮੈਂ ਜਦੋਂ DPS ਸਕੂਲ ਜਾਂਦਾ ਹੁੰਦਾ ਸੀ ਨਾ ਰੈਨ ਭਾਈ, ਤੇ ਉਸਤਾਦ ਰਜ਼ਾਕ ਮੂੰਹੋਂ ਮਰਹੂਮ ਨਿਕਲਣ ਲੱਗਾ ਸੀ, ਜਿੰਦੇ ਨੇ ਮੇਰੇ ਉਸਤਾਦ, ਤੇ ਮੈਂ ਯੂਨੀਫਾਰਮ ਲਾ ਕੇ ਵਿੱਚ ਟੀ ਸ਼ਰਟ ਕੱਢਣੀ, ਉੱਤੇ ਸਾਈਕਲ ਹੁੰਦਾ ਸੀ ਉੱਥੇ ਪਿੜਾਂ ਵਾਲੀ ਛੱਤ ਐ ਵਾਲੀ ਪੀੜੀਆਂ ਵਾਲੀ, ਤੇ ਮੈਂ ਉਸਤਾਦ ਦੇ ਕਬੂਤਰ ਦੇਖਣੇ ਤੇ ਆਪਸ ਦੇ ਵਿੱਚ ਅਸੀਂ ਮਜ਼ਾਕ ਕਰਨਾ, ਮਹੱਲੇ 'ਚ ਰੱਖੇ ਹੁੰਦੇ ਸੀ ਕਬੂਤਰ 5-7 ਉਹਨੇ, ਮੈਂ ਫਿਰ ਉਹਨਾਂ ਨੂੰ ਕਹਿਣਾ, ਮੈਂ ਕਹਿਣਾ ਇੱਕ ਟਾਈਮ ਆਉਣਾ ਮੈਂ ਝਾਕੇ ਨੀ ਜਿੱਤਣਾ, ਲਓ ਜੀ ਇਹਨੇ ਝਾਕੇ ਨੀ ਜਿੱਤਣਾ, ਤੇ ਉਸਤਾਦ ਦੇ ਨਾਲ ਦਲੇਰੀ ਨਾਲ, ਉਦੋਂ ਹੁੰਦਾ ਸੀ ਉਸਤਾਦ ਦੇ ਨਾਲ ਰਾਣਾ ਮੁਬੱਸ਼ਰ, ਤੇ ਜਦੋਂ ਮੈਂ ਰਾਣੇ ਮੁਬੱਸ਼ਰ ਨੂੰ ਦੇਖਿਆ ਮੈਂ ਮੁੱਛ ਮੁੱਛ ਦੇਖੀ, ਮੈਂ ਕਿਹਾ ਭਾਈ ਬੜਾ ਤਗੜਾ ਹੀ ਆ ਗਿਆ ਮੁਕਾਬਲਾ, ਪਰ ਉਹ ਇੱਕ ਟਰਾਲੇ ਦਾ ਟਾਇਰ ਹੀ ਹਰਿਆ ਮੁੜ ਕੇ ਲੱਭਾ ਹੀ ਨਹੀਂ,
ਲੇਕਿਨ ਮਜ਼ਾ ਬੜਾ ਆਇਆ ਉਹਨਾਂ ਨਾਲ। ਮੈਂ ਬਹਿੰਦਾ ਵੀ ਸੀ ਉਹਨਾਂ ਨਾਲ ਰਾਤ ਨੂੰ, ਤੇ ਮੈਂ ਉਹਨਾਂ ਨਾਲ ਸ਼ੁਗਲ ਵੀ ਕਰਦਾ ਸੀ, ਮੇਰੇ ਪੈਸੇ ਵੀ ਲੱਗਦੇ ਸੀ, ਔਰ ਹਰ ਜਿੱਤ ਵੀ ਤਸੱਲੀ ਹੁੰਦੀ ਸੀ। ਇਮਰਾਨ ਮਾਨੀ ਸਮਾਲ ਸਟੇਟ ਵਾਲਾ ਬਾਜੀ ਜੇ ਇੱਕ ਦੂਜੇ ਨਾਲ ਮਸ਼ਰੇ ਵੀ ਕਰ ਰਹੇ ਆ ਤੇ ਤਸੱਲੀ ਬਾਜੀ ਵੀ ਲੱਗੀ ਆ। ਇਹਨੂੰ ਕਹਿੰਦੇ ਸ਼ੌਕ ਦਾ ਹੁਸਨ। ਇਹਨਾਂ ਲੋਕਾਂ ਨਾਲ ਹੀ ਮਜ਼ਾ ਆਉਂਦਾ ਨਾ ਕਿ ਕਈ ਰੀਵ ਐਸੇ ਦੇਖੇ ਕਿ ਆਲੇ ਦੁਆਲੇ ਪੈਲੀਆਂ ਚ ਲੁਕੇ ਆ, ਮਾਰਖੋਰ ਬਣੇ ਆ, ਇਹਨਾਂ ਦੇ ਕਬੂਤਰ ਕਿੱਥੋਂ ਆ ਰਹੇ ਆ, ਕਿੱਥੇ ਜਾ ਰਹੇ, ਮੈਂ ਨਾਂ ਨੀ ਲੈਣਾ ਅੱਲਾ ਦੀ ਕਸਮ ਕਿ ਆਲੇ ਦੁਆਲੇ ਪੈਲੀਆਂ। ਤੇ ਮੈਂ ਕਿਹਾ ਪਤਾ ਨੀ ਆਈ ਐਸ ਆਈ ਪੈ ਗਈ ਮੈਨੂੰ, ਕੋਈ ਇੱਧਰ ਲੁਕਿਆ ਦਰਖਤਾਂ ਚ, ਕੋਈ ਪੈਲੀਆਂ ਚ ਲੇਟਿਆ ਬੂਝੇ ਬੰਨ ਕੇ ਸਿਰ ਤੇ, ਇਹ ਵੀ ਟਾਈਮ ਦੇਖਿਆ ਯਾਰ ਮੈਂ ਉਦਾਰ ਹੀ ਕਸਮ। ਜੀ ਉਹ ਐਸੀ ਵੀ ਛਾਤੇ ਤੁਸੀਂ ਜਾਂਦੇ ਰਹੇ ਜਿਹਦੇ ਚ ਕਮਾਲ ਦਾ ਪਲੇਅਰ ਰਿਹਾ ਰਿਹਾ ਹੈ ਵੀ ਆ, ਲੇਕਿਨ ਅੱਗੇ ਵਾਲੀ ਪਰਫਾਰਮੈਂਸ ਨਹੀਂ ਹੈ। ਅੱਜ ਵੀ ਬੈਠੇ ਸੱਤ ਕਿੰਨੇ ਤੱਕ, ਲੇਕਿਨ ਵਿੱਚ ਜਿਹੜੇ ਇੱਕ ਹੁੰਦਾ ਤਸਲਸਲ ਉਹ ਬੜਾ ਆਲਾ ਰਿਹਾ। ਅੱਛਾ ਰਿਹਾ। ਤੇ ਗੱਲ ਇਹ ਆ ਕਿ ਸ਼ਾਇਦ ਉਹਦੀ ਵੀ ਕੋਈ ਮਸਰੂਫੀਅਤ ਹੋਵੇ ਜਾਂ ਨਾ ਇੰਨਾ ਟਾਈਮ ਦਿੱਤਾ ਹੋਵੇ, ਲੇਕਿਨ ਜੇਠ ਦੀ ਬਾਜੀ ਦੇ ਵਿੱਚ ਅਗਰ ਫੈਸਲਾਬਾਦ ਦੇ ਵਿੱਚ ਮਤਲਬ ਮੈਂ ਇੱਥੋਂ ਨਿਕਲਣਾ ਬੰਦਿਆਂ ਨੂੰ, ਤੇ ਵੈਸੇ ਹੀ ਸ਼ਰਮ ਖਾਈ ਦੀ ਸੀ, ਕਿਉਂਕਿ ਕੁਛ ਬੰਦਿਆਂ ਦਾ ਸਟਾਈਲ ਹੁੰਦਾ ਸੀ ਕਿ ਪਤਾ ਨੀ ਮਤਲਬ ਕੀ ਕਰਨ ਆ ਗਏ, ਕੋਈ ਰੋਟੀ ਖਾਣ ਆ ਗਏ, ਕੋਈ ਪਾਣੀ ਪੀਣ ਆ ਗਏ। ਅਸੀਂ ਵੀ ਬਾਜੀ ਦੇ ਸ਼ੌਕੀਨ ਸੀ, ਅਸੀਂ ਵੀ ਆਰਾਮ ਨਾਲ ਇੱਕ ਸਾਈਡ ਤੇ ਆਪਣਾ ਕੂਲਰ ਆਪਣੀ ਚੀਜ਼ ਇਸ ਤਰ੍ਹਾਂ ਕਰਕੇ ਬੈਠੇ ਆ, ਗਰਾਊਂਡ ਤੇ ਬਾਜੀ ਦੇਖ ਰਹੇ ਆ। ਇੰਜ ਵੀ ਬਾਜੀ ਦੇਖੀ, ਫਿਰ ਸ਼ੌਕ ਪੈਦਾ ਹੋਇਆ। ਜ਼ਿੰਦਗੀ ਦੇ ਵਿੱਚ ਇੱਕ ਟਿਪ ਬਹੁਤ ਵੱਡੀ ਦੇਣ ਲੱਗਾ। ਅੱਛਾ ਅੱਛਾ ਕਬੂਤਰ ਹਰ ਜਗ੍ਹਾ ਤੋਂ ਲੱਭ ਜਾਂਦਾ, ਫੜੇ ਲੱਭ ਜਾਂਦੇ, ਮੰਗ ਕੇ ਲੱਭ ਜਾਂਦੇ, ਮੁੱਲ ਲੱਭ ਜਾਂਦੇ, ਚੋਰੀ ਕਰਕੇ ਲੱਭ ਜਾਂਦੇ, ਗੜਬੀ ਚੋਂ ਲੱਭ ਜਾਂਦੇ। ਮੇਰੀ ਇੱਕ ਗੱਲ ਯਾਦ ਰੱਖਣਾ ਜੈਨ ਭਾਈ, ਜਿਸ ਬੰਦੇ ਨੂੰ ਮੋਤੀ ਅੱਛੀ ਆ ਗਈ ਨਾ, ਉਹਦਾ ਜੋੜ ਕੋਈ ਨੀ ਹੁੰਦਾ। ਮੈਂ ਮੈਡੀਸਨ ਦੀ ਗੱਲ ਨੀ ਕਰ ਰਿਹਾ, ਮੈਂ ਮਜੂਨ ਦੀ ਗੱਲ ਨੀ ਕਰ ਰਿਹਾ, ਮੈਂ ਮੋਤੀ ਕਿਹਨੂੰ ਕਹਿੰਦਾ। ਮੈਂ ਬੜੀ ਦਫਾ ਇਹ ਗੱਲ ਕੀਤੀ ਬੰਦੇ, ਗੱਲ ਇੱਕ ਛੋਟੀ ਜੀ ਮੈਂ ਕਰਦਾ ਹੁੰਦਾ, ਸਮਝ ਨੀ ਆਉਂਦੀ ਬੰਦੇ। ਜਿਸ ਬੰਦੇ ਨੂੰ ਕਬੂਤਰ ਦੀ ਗਹਿਰਾਈ ਕਰਾਣੀ ਆ ਗਈ ਨਾ ਕਬੂਤਰ ਨੂੰ ਗਰਮੀ ਲੱਗਦੀ। ਇਹ ਗੱਲਾਂ ਮੇਰੇ ਹਰ ਇੰਟਰਵਿਊ ਜਾ, ਔਰ ਪਿਛਲੇ ਸਾਲ ਗਰਮੀ ਪਈ, ਲਾਲੀਆਂ ਨੇ ਬੰਦੇ ਬੜੇ ਆਏ ਇਹਨਾਂ ਦੀ ਛੱਤ ਤੇ, ਇਹਨਾਂ ਨੂੰ ਡੋਪ ਕਰਾਣੀ ਆਉਂਦੀ ਆ। ਕਬੂਤਰ ਇੰਜ ਬੈਠੇ ਇਸ ਤਰ੍ਹਾਂ ਫਰੈਸ਼ ਬਹਿੰਦੇ, ਸਮਝ ਗਏ। ਤੇ ਗੱਲ ਇਹ ਆ ਕਿ ਮੈਂ ਉਡਾਏ ਅਜੇਠ ਚ, ਮੇਰਾ 600 ਘੰਟਾ ਸੀ, 3 ਪਲੰਟੀਆਂ ਖੁਦ ਲਈਆਂ, ਕਿਉਂਕਿ ਮੇਰੇ ਪਿੱਛੇ ਬੰਦੇ ਪਿੱਛੇ ਸੀ। ਮੇਰਾ ਵੀ 650 ਘੰਟਾ ਬਣ ਸਕਦਾ ਸੀ ਪੰਜਾਬ ਚ, ਠੀਕ ਹੈ। ਮੈਂ ਆਪਣੀਆਂ ਕੁਛ ਕਬੂਤਰੀਆਂ ਤੁਹਾਨੂੰ ਦੱਸਿਆ ਜੀ, ਮੈਂ ਕਿਹਾ ਯਾਰ ਇੰਨੀ ਸ਼ਦੀਦ ਗਰਮੀ ਆ ਰਹਿਣ ਕਿ ਯਾਰ ਗੱਲ ਇਹ ਆ ਕਿ ਡਰ ਇਹ ਆ ਉੜਨ ਦੀ ਨੀ, ਜਿਹੜਾ ਥੱਲੇ ਰਹਿ ਗਿਆ ਉਹਨੇ ਮਰ ਜਾਣਾ ਜਿਹੜਾ ਟੈਂਪਰੇਚਰ। ਤੇ ਮੇਰਾ ਬੜਾ ਪਿਆਰ ਹੈ ਇਹਨਾਂ ਨਾਲ, ਤੇ ਮੈਂ ਵਾਰੀ ਵਾਰੀ ਕਰਕੇ ਕੱਢਣ ਲੱਗਾ। ਮੈਂ 10-10 ਕਬੂਤਰ ਉਡਾਉਂਦਾ ਰਿਹਾ, 10-10 ਕਬੂਤਰ ਮੈਂ ਉਡਾਉਂਦਾ ਰਿਹਾ, 3-4 ਪਲੰਟੀਆਂ ਲੈ ਕੇ। ਤੇ ਮੇਰਾ 600-599 ਘੰਟੇ ਕਿੰਨੇ ਸੀ, ਠੀਕ ਆ ਜੀ। ਤੇ ਮੈਂ ਚੈਂਪੀਅਨ ਹੋਇਆ। ਇਤਨੀ ਸ਼ਦੀਦ ਗਰਮੀ ਸੀ, ਔਰ ਫੈਸਲਾਬਾਦ ਦੀ ਗਰਮੀ ਦੇ ਵਿੱਚ ਕੋਈ ਬੰਦਾ ਬਾਹਰੋਂ ਆ ਕੇ ਟਾਈਮ ਨਾਲ ਪਾਣੀ ਤੋਰ ਜਾਵੇ ਕਬੂਤਰ ਦਾ, ਜੋ ਕਹਿਣਾ ਦੇਣਾ ਮੁਸ਼ਕਿਲ। ਮੈਂ ਇੱਥੇ ਦੇ ਬੰਦਿਆਂ ਦੀ ਗੱਲ ਨਹੀਂ ਕਰ ਰਿਹਾ, ਬਾਹਰ ਦੇ ਬੰਦਿਆਂ ਦੀ ਗੱਲ ਕਰ ਰਿਹਾ। ਇੱਕ ਵਾਰੀ ਪ੍ਰੋਬਲਮ ਜ਼ਰੂਰ ਆਏਗਾ, ਕੋਈ ਵੀ ਨਹੀਂ ਪਾਣੀ ਤੋਰ ਰਿਹਾ। ਇਹ ਐਸੀ ਸਖ਼ਤ ਸਰਜ਼ਮੀਨ ਆ,
ਇੱਥੇ ਸੂਬਾ ਪੱਲੇ ਦੇ ਟਾਈਮ ਇੱਕ ਧਾਵੀ ਚੱਲਦੀ ਹੈ, ਤੁਸੀਂ ਨੈਟ ਦੇਖੋਗੇ GUSTS ਗਸਟ, ਇਹਦਾ ਮਤਲਬ ਹੁੰਦਾ ਧਕੇਲਣ ਵਾਲੀ ਹਵਾ, ਧੱਕਾ। ਜਿਸ ਦਿਨ ਗਸਟ 14-15 ਦੇ ਉੱਤੇ ਹੋਏਗੀ, ਤਮਾਮ ਦੋਸਤ ਇਹ ਗੱਲ ਨੋਟ ਕਰ ਲੈਣ, ਗਸਟ ਜਿਸ ਦਿਨ 30 ਹੋਏਗੀ ਨਾ, ਤੇ ਸਮਝ ਲਓ ਮਰ ਗਏ। ਕਬੂਤਰ 9-10 ਵਜੇ ਤੱਕ ਥੱਲੇ ਹੀ ਧੱਕੇ ਖਾਣਗੇ, ਜਿੰਨੇ ਮਰਜ਼ੀ ਬਣੇ ਹੋਏ ਕਬੂਤਰ ਆ ਨਹੀਂ ਡੁੱਬ ਸਕਦੇ। ਤੇ ਉਸ ਦਿਨ ਜਿਸ ਦਿਨ ਗਸਟ ਹੋਵੇ, ਉਸ ਦਿਨ ਕਬੂਤਰ ਤਿੱਖੇ ਕਰਕੇ ਛੱਡੋ ਤਾਂ ਕਿ ਲੰਘ ਜਾਣ, ਜੇ ਥੱਲੇ ਫਿਰ ਕੇ ਕਬੂਤਰ ਬੈਠੇ ਕਬੂਤਰ ਤਬਾਹ ਹੋ ਜਾਣਗੇ, ਖਤਮ ਹੋ ਜਾਣਗੇ। ਸਮਝ ਗਏ? ਉਹ ਗਸਟ ਦਾ ਲਫ਼ਜ਼ ਜਿਹੜਾ ਨਾ, ਇਹਨੂੰ ਨੋਟ ਕਰ ਲੈਣਾ। ਅਗਰ ਇਹ 14-15 ਵੀ ਬਹੁਤ ਆ, ਇਹ 30-32 ਕਿਲੋਮੀਟਰ ਹੁੰਦੀ ਟਾਵਰ, ਕਬੂਤਰ ਪੁੱਠੇ ਖੜੇ ਰਹਿੰਦੇ ਫੈਸਲਾਬਾਦ ਚ, ਹਰ ਫੜਕ ਹੁੰਦੀ ਇੱਥੇ ਫੈਸਲਾਬਾਦ ਦੇ ਜੇਲ੍ਹ ਚ ਹਰ ਫੜਕ ਹੁੰਦੀ। ਤੇ ਅਸੀਂ ਲੋਕ ਕੀ ਕਰੀਦਾ, ਮੈਂ ਫੋਨ ਕਰ ਰਿਹਾ ਵੱਡੀ ਛੱਤ ਵਾਲੇ ਨੂੰ, ਡੁੱਬ ਗਏ, ਮੈਂ ਫੋਨ ਕਰ ਰਿਹਾ ਨਾਲ ਦੀ ਵੱਡੀ ਛੱਤ, ਡੁੱਬ ਗਏ, ਨਹੀਂ ਇੱਕ ਟਾਵਰ ਆ, ਦੋ ਟਾਵਰ। ਹੁਣ ਮੈਨੂੰ ਦੱਸੋ ਰੈਨ ਭਾਈ, ਕਿ ਦੋ ਟਾਵਰ ਕਬੂਤਰ ਫਿਰ ਕੇ ਡੁੱਬੇ ਤੇ ਟੈਂਪਰੇਚਰ ਹੋਵੇ 49 ਤੇ ਰੀਅਲ ਵੀਲ ਹੋਵੇ 51+, ਕਬੂਤਰ ਦਾ ਕੀ ਕੰਮ ਆ, ਘਰ ਬਹਿ ਕੇ ਮਰੇ ਨਾ। ਸਮਝ ਗਏ? ਇਹ ਆ ਫੈਸਲਾਬਾਦ ਦੀ ਗਰਮੀ। ਔਰ ਇਹ ਮੈਂ ਗੱਲ ਮਤਲਬ ਇਹਨੂੰ ਖੋਲ ਕੇ ਇਸ ਤੋਂ ਦੱਸ ਰਿਹਾ ਕਿ ਬੰਦੇ ਇਹ ਗੱਲ ਕਹਿ ਰਹੇ ਕਿ ਪੰਜਾਬ ਫੈਸਲਾਬਾਦ ਦੀ ਗਰਮੀ ਜੈਨੂਇਨ ਬਹੁਤ ਜ਼ਾਲਮ ਆ। ਸਾਹ ਜੀ, ਇਹ ਤੇ ਹਰ ਕਰਾਚੀ ਚੱਲ ਜਾਓ, ਉਹ ਕਹਿੰਦੇ ਸਾਡਾ ਜੋੜ ਨੀ, ਲਾਹੌਰ ਚੱਲ ਜਾਓ ਸਾਡਾ ਜੋੜ ਨੀ, ਸਿਆਲਕੋਟ ਛੱਡ ਜਾਓ, ਉਹ ਕਹਿੰਦੇ ਹਰ ਸ਼ਹਿਰ ਦੇ ਆਪਣੇ ਕਬੂਤਰ, ਹਰ ਸ਼ਹਿਰ ਦਾ ਆਪਣਾ ਮੌਸਮ, ਹਰ ਸ਼ਹਿਰ ਦੀ ਆਪਣਾ ਦਾਣਾ ਪਾਣੀ, ਹਰ ਸ਼ਹਿਰ ਦੇ ਆਪਣੇ ਉਸਤਾਦ, ਜਿੱਥੇ ਦਾ ਵੀ ਮੌਸਮ। ਅੱਛਾ, ਮੈਂ ਇਹ ਆਉਣ ਦੀ ਰਿਕਾਰਡ ਗੱਲ ਕਰ ਰਿਹਾ, ਜਿਤਨਾ ਜ਼ਾਲਮ ਮੌਸਮ ਇੱਥੇ ਦਾ ਕਿਤੇ ਦਾ। ਅੱਛਾ, ਦੂਜੇ ਨੰਬਰ। ਅੱਛਾ ਜੀ, ਹਾਂਜੀ ਉਸਤਾਦ, ਦੋਸਤੋ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦਾ ਰਾਣਾ ਸਾਹਿਬ ਦੀ। ਰਾਣਾ ਸਾਹਿਬ ਦਾ ਇੱਕ ਦਿਨ ਮੈਨੂੰ ਫੋਨ ਆਇਆ, ਇਮਤਿਆਜ਼ ਬਿੱਲੂ ਰਬਾਨੀ ਸਾਹਿਬ ਵੀ ਵੇਚਿਆ ਜੀ ਲਾਈਵ ਦੇ, ਹੁਣੀ ਉਹਨਾਂ ਤੁਹਾਡੇ ਵੇਖ ਲੈਣੇ ਕਬੂਤਰ ਤੁਸੀਂ ਕੀ ਬਣਾਇਆ। ਤੇ ਦੋਸਤੋ ਰਾਣਾ ਸਾਹਿਬ ਦੇ ਉੱਤੇ ਨਾ ਜੀ, ਔਨ ਏਅਰ ਗੱਲ ਦੱਸ ਰਿਹਾ, ਰਾਣਾ ਸਾਹਿਬ ਦੇ ਉੱਤੇ 11-12 ਪਰਚੇ ਸੀ, ਤੇ ਅਸੀਂ CPO ਆਫਿਸ ਬੈਠੇ, ਤੇ ਰਾਣਾ ਸਾਹਿਬ 2-2 ਮਿੰਟ ਬਾਅਦ ਉੱਠ ਕੇ ਬਾਹਰ ਜਾ ਰਹੇ ਔਰ ਬਾਹਰ ਜਾ ਕੇ ਕਾਲ ਮਿਲਾ ਰਹੇ। ਮੈਂ ਕਿਹਾ ਰਾਣਾ ਸਾਹਿਬ ਖੈਰ ਏ, ਕੀ ਹੋ ਗਿਆ ਬਾਹਰ? ਕਹਿੰਦੇ ਯਾਰ ਹੋਇਆ ਤੇ ਕੁਛ ਨੀ ਆ, 4 ਵੱਜ ਗਏ ਆ, ਬੱਜੀ ਹਲੇ ਫਿਰ ਉੱਤੇ ਫਿਰਨ ਡਈ, ਤੇ ਕਹਿੰਦੇ ਮੇਰੀ ਕਬੂਤਰੀ ਉੱਤੇ ਆ, ਮੈਨੂੰ ਪਰਚਿਆਂ ਦਾ ਕੋਈ ਰੌਲਾ ਨੀ ਆ, ਜੋ ਹੋਣਾ ਹੋ ਜਾਏ, ਮੇਰੀ ਕਬੂਤਰੀ ਨਿਕਲ ਕੇ ਬਹਿ ਜਾਏ। ਉਹ 34 ਕਬੂਤਰੀ ਸੀ ਜਿਹੜੀ ਕਿ ਇਹਨਾਂ ਦੀ ਹਾਟ ਫੇਵਰੇਟ ਆ ਜੀ। ਉਸਤਾਦ ਜੀ, ਕਿਹੜੇ ਕਬੂਤਰ ਦਾ ਸ਼ੌਕ ਕਰਾ ਰਹੇ ਹੋ? ਅੱਛਾ, ਲਓ ਜੀ ਕਾਲੇ ਚੀਨੇ ਕਬੂਤਰ, ਤੇ ਜਿਹੜੀ ਮੈਂ ਗੱਲ ਕਰਦਾ ਹੁੰਦਾ ਕਿ ਅੱਖ ਬੜੀ, ਕਈ ਬੰਦੇ ਸਵਾਲ ਕਰਦੇ ਸਹੀ ਅੱਖ ਵੱਡੀ ਇਹਨੂੰ ਕਹਿੰਦੇ ਹੋ, ਸਮਝਦੇ ਹੋ? ਇਹ ਅੱਖ ਵੱਡੀ ਮੈਂ ਇਹਨੂੰ ਕਹਿੰਦਾ। ਇਹ ਰੈਨ ਭਾਈ, ਕੈਮਰਾ ਤੁਸੀਂ ਮੈਨੂੰ ਫੜਾ ਦਿਓ ਤੇ ਮੈਨੂੰ ਨਹੀਂ ਇਹ ਦਿਖਾਉਣਾ ਆਣਾ, ਠੀਕ ਹੈ? ਇਹ ਤੁਸੀਂ ਦਿਖਾਓ, ਇੱਥੇ ਓਕੇ ਆ ਤੁਹਾਡੀ ਲਾਈਟ ਨਾ, ਤੁਸੀਂ ਸਕਰੀਨ ਮੇਰੇ ਵੱਲ ਕਰੋ, ਇੱਥੇ ਬਸ ਫੜ ਰੱਖੋ, ਤੁਸੀਂ ਨਹੀਂ ਕੁਛ ਕਰਨਾ, ਕਲਿੱਕ ਕਰੋ ਅੱਖ 'ਤੇ, ਬਸ ਇੱਕ ਕਲਿੱਕ ਕਰਨਾ, ਇੱਕ ਹੁਣ ਕਰੋ, ਇੱਥੇ ਕਲੀਅਰ ਹੋ ਗਿਆ, ਹੁਣ ਇਹਨੂੰ ਕਰੀਬ ਕਰੋ, ਨਹੀਂ ਨਹੀਂ ਵਿੱਚੋਂ ਇੱਥੋਂ ਲੈਂਸ ਤੋਂ ਕਰੋ, ਕਰੋ ਸਿਰਫ ਅੱਖ ਕਲਿੱਕ ਕਲਿੱਕ ਕਰੋ, ਵਿੱਚ ਕਲਿੱਕ ਕਰੋ, ਦੂਰ ਕਰੋ, ਹਾਂ ਹੁਣ ਹੋ ਗਿਆ ਠੀਕ, ਦੂਰ ਕਰੋ ਹੁਣ ਵਿੱਚੋਂ ਇਹਨੂੰ, ਨਹੀਂ ਨਹੀਂ ਉੱਥੋਂ ਛੋਟਾ ਹੱਥ, ਛੋਟੀ ਛੋਟੀ ਚੂੰਡੀ ਇੱਦਾਂ, ਛੋਟੀ ਚੂੰਡੀ ਦੂਰ ਕਰੋ ਇੱਥੇ, ਲਓ ਜੀ
ਕੁੰਦੇ ਦਾ ਸ਼ੌਕ ਵੀ ਕਰ। ਇੱਕ ਆਪਣੇ ਮੋਬਾਈਲ ਦੀ ਲਾਈਟ ਇੱਥੇ ਇੱਥੇ ਇਹਦੇ ਨਾਲ ਚਲਾ ਲੈ, ਇੰਜ ਉੱਤੇ ਖੜੇ ਹੋ ਜਾ, ਇਹ ਨਾ ਸ਼ੌਕ ਹੋ ਜਾਏਗਾ। ਮਤਲਬ ਇਹਦੀ ਤੇਜ਼ ਆ ਫਲ, ਕਬੂਤਰ ਆਪਣੇ ਹਿਸਾਬ ਨਾਲ ਅੱਗੇ ਪਿੱਛੇ ਕਰ ਲਾਂਗਾ। ਸੱਚ ਕੀ ਸੋਚ ਕੇ ਆ ਕਬੂਤਰ ਬਣਾ ਤੇ ਆ, ਰੰਗ ਬਣਾ ਤਾ, ਨਾਲੇ ਕਹਿੰਦੇ ਸਾਦੇ ਉੜਦੇ ਦਿਖਾਣ ਤੁਸੀਂ ਗਹਿਰੇ ਡੇ। ਸਾਰੇ ਦੁਨੀਆ ਵਾ ਇਹਦੇ ਵਿੱਚ, ਜਿਹੜੀ ਚੀਜ਼ ਰਾਇਜ ਹੋ ਜਾਏ ਫਿਰ ਉਹਨੇ ਨਾਲ ਚੱਲਣਾ ਪੈਂਦਾ, ਦੁਨੀਆਦਾਰੀ ਹੋਈ। ਕਲਿੱਕ ਕਰੋ ਤਾਰਾ ਅੱਖ 'ਤੇ, ਹਲਕਾ ਜਿਹਾ ਵਾ ਕਲਿੱਕ ਕਰਦਾ ਇੱਦਾਂ। ਲਓ ਸਰ ਮਾਸ਼ਾਅੱਲਾ, ਗੋਲ ਗੁਲਾਈ, ਰਿੰਗ, ਅੱਖ, ਕਲਰ, ਇਹ ਘਰ ਦੇ ਪੱਠੇ ਨੇ, ਦੁੰਮ ਅਤੇ ਇਹ ਪੰਜੇ। ਲਿਆ ਮੀਆਂ ਹੋਰ ਦਿਖਾ ਦੂਜਾ। ਲੋ ਜੀ ਇਹ ਕਬੂਤਰ ਰਾਣਾ ਸਾਹਿਬ ਨੇ ਨਵੇਂ ਬਣਾਏ, ਇਹਨਾਂ ਦਾ ਨਾਂ ਕੀ ਰੱਖਿਆ ਰਾਣਾ ਸਾਹਿਬ? ਇਹ ਕਾਲੀ ਦੁਨੀਆ। ਕਾਲੀ ਦੁਨੀਆ, ਡਾਰਕ ਵੈਬ। ਅੱਛਾ ਜੀ, ਕਾਲੀ ਦੁਨੀਆ। ਇਹ ਦੇਖ ਲਓ ਕਿ ਇਹਨਾਂ ਦੇ ਵਿੱਚ, ਇਹਨਾਂ ਦੇ ਭਾਈ ਦੇ ਵਿੱਚ ਅੱਗੇ ਫਿਰੋਜ਼ਪੁਰੀ ਕਬੂਤਰ ਪਾ ਕੇ ਥੋੜਾ ਜਿਹਾ ਅੱਖਾਂ ਨੂੰ ਇਹ ਟੱਚ ਦਿੱਤਾ ਮੈਂ। ਇਹ ਪੱਠਾ ਜੇ ਪਹਿਲੇ ਦਾਕੇ ਦਾ ਨਾ। ਕਲਿੱਕ ਕਰੋ ਰੱਖ ਦਿੱਤਾ। ਸ਼ਾਹ ਜੀ ਤੁਸੀਂ ਕਿਹਾ ਇਹ ਕਿ ਮੈਂ ਇੱਦਾਂ ਦੇ ਕਬੂਤਰ ਬਣਾ ਲਏ ਆ ਕਿ ਜਿਹੜਾ ਲੈ ਮਤਲਬ ਕਬੂਤਰ ਛੱਡੇ ਉਹ ਵਾਲੇ, ਅਤੇ ਦਾਣਾ ਪਾਣੀ ਆਉਂਦਾ ਹੋਵੇ ਤਾਂ ਬੰਦਾ ਹਾਰ ਨਹੀਂ ਸਕਦਾ। ਛੱਡੇ ਕਿਸ ਤਰ੍ਹਾਂ? ਦੇਣ ਲੱਗਿਆਂ ਤਾਂ ਤੁਹਾਡੀ ਜਾਨ ਨਿਕਲ ਜਾਂਦੀ, ਛੱਡੇ ਕਿਸ ਤਰ੍ਹਾਂ ਕੋਈ ਬੱਚਾ? ਨਹੀਂ ਦੇਵੀ ਦੇ ਜੀ ਸਾਹਿਬ। ਅੱਛਾ ਜੀ, ਮਾਸ਼ਾਅੱਲਾ ਹੋਣਾ, ਨਵਾਬ ਸਾਹਿਬ ਆਪਣੇ ਹੈਦਰਾਬਾਦ ਤੋਂ ਆਏ ਸੀ। ਹਾਂਜੀ, ਕੋਈ ਬੰਦਾ ਇਹ ਦੱਸ ਦੇਵੇ ਅੱਜ ਤੱਕ ਮੇਰੇ ਕੋਲ ਆਇਆ ਹੋਵੇ ਅਤੇ ਕੁਛ ਮਿਲਿਆ ਨਾ ਹੋਵੇ। ਭਾਵਾਂ ਇੱਕ ਚੀਜ਼ ਦਿੱਤੀ, ਦੋ ਦਿੱਤੀ, ਦੇ ਕੇ ਜ਼ਰੂਰ ਟੋ ਰਿਹਾ ਕਿਸੇ ਨੇ। ਮਜ਼ਾਕ ਕਰ ਰਿਹਾ, ਮੈਨੂੰ ਪਤਾ ਤੁਸੀਂ ਮਾਸ਼ਾਅੱਲਾ ਦੋਸਤਾਂ ਦੇ ਨਾਲ ਚੱਲ ਰਹੇ ਹੋ ਕਿ ਟਾਈਮ ਨਹੀਂ ਆਇਆ ਕਬੂਤਰ। ਵਾਹ, ਵਾਕਈ ਅੱਖ ਮੋਟੀ। ਤਾਜੀ ਇਹ ਚੁੰਝਾਂ ਦਾ ਕੀ ਚੱਕਰ ਹੈ, ਛੋਟੀ ਤੇ ਵੱਡੀ ਦਾ? ਇਹ ਤਾਂ ਕੁਝ ਦੱਸੋ ਅੱਜ। ਸਰ ਜੀ ਮੈਂ ਸਾਰੇ ਹੀ ਉੜਦੇ ਦੇਖੇ। ਕੁਛ ਬਿੰਦ ਕਹਿੰਦੇ ਕਿ ਲੰਬੀ ਨੋਕ ਹੋਣੀ ਚਾਹੀਦੀ, ਆਕਸੀਜਨ ਜ਼ਰਾ ਜ਼ਿਆਦਾ ਲੈਂਦੇ ਹੋ। ਅੱਛਾ, ਲੇਕਿਨ ਮੈਂ ਛੋਟੀ ਨੋਕ ਵਾਲੇ ਵੀ ਬਹੁਤ ਲੰਬੇ ਉੜਦੇ ਦੇਖੇ ਤੇ ਲੰਬੀ ਨੋਕ ਵਾਲੇ ਵੀ। ਜੇ ਲੰਬੀਆਂ ਨੋਕਾਂ ਚੰਗੀਆਂ ਹੁੰਦੀਆਂ ਤੇ ਸਾਰਿਆਂ ਕੋਲ ਚੂਹੇ ਹੀ ਹੁੰਦੇ ਸਿਆਰ ਗੋਡ ਵਾਲੇ। ਹਾਂ ਇਹ ਤੇ ਗੱਲ ਹੈ, ਕਬੂਤਰ ਉੜਦਾ ਨਾ ਉਹ ਚੂਹੇ ਕਬੂਤਰਾਂ ਦਾ ਸਿਆਲ ਕੋਟੀਆਂ ਦਾ ਦੁਨੀਆਂ ਦੇ ਜੋੜ ਨਹੀਂ ਹੈਗਾ, ਲੇਕਿਨ ਉਹਨਾਂ ਨੂੰ ਤਰਾਸ਼ਣਾ ਖਰਾਸ਼ਣਾ ਪੈਂਦਾ ਆਪਣੇ ਹਿਸਾਬ। ਹਾਂਜੀ, ਅਕਲ ਦੇ ਬਾਦਸ਼ਾਹ ਜੀ। ਹਾਂਜੀ, ਮੈਂ ਵੈਸੇ ਬਟੇਰਿਆਂ ਦਾ ਫੈਨ ਆ। ਇੱਕ ਚੂਹਾ 1,00,000 ਬਟੇਰਾ ਬਣਾ ਸਕਦਾ। ਅੱਛਾ ਜੀ, ਤਿੰਨ ਜਿੱਥੇ ਚੂਹੇ ਦਾ ਪਾਰ ਆ ਜਾਏ ਉੱਥੇ ਮਗਰ ਕੋਈ ਸ਼ੈ ਨਹੀਂ ਚੜ੍ਹਦੀ, ਇਹ ਮੇਰੇ ਉਸਤਾਦ ਕਹਿੰਦੇ ਆ। ਲਓ ਜੀ ਮਾਸ਼ਾਅੱਲਾ ਦੇਖੋ ਕੈਸਾ ਉਸਤਾਦ ਹੋਣਾ ਨੇ ਮੈਨੂਫੈਕਚਰਿੰਗ ਕੀਤੀ ਹੈ। ਕਲਰ ਵੀ ਤੁਸੀਂ ਦੇਖ ਲਓ, ਦੁੰਬ ਵੀ ਦੇਖ ਲਓ, ਕੁੰਦਾ ਵੀ ਦੇਖ ਲਓ, ਕਸੂਰੀ ਪਾਰ ਲੱਗਾ ਹੋਇਆ। ਲਓ ਜੀ ਦੋਸਤੋ, ਇੱਕ ਛੋਟਾ ਜਿਹਾ ਕਲਿੱਪ ਤੁਹਾਨੂੰ ਦਿਖਾਇਆ, ਬਕਾਇਆ ਜਿਹੜੀ ਗੁਫ਼ਤਗੂ ਹੈ ਫੜਿਆ ਰਾਣਾ ਸਾਹਿਬ ਨਾਲ, ਛੱਤ ਤੇ ਵੀ ਜਾ ਕੇ ਕਰਾਂਗੇ। ਦਿਖਾਣਾ ਕੋਈ ਕਬੂਤਰ ਹੋਰ? ਉੱਤੇ ਚੱਲਦੇ ਆ ਫਿਰ। ਚਲੋ ਆਹੋ, ਉੱਤੇ ਰੋਸ਼ਨੀ ਹੋਏਗੀ, ਇੱਦਾਂ ਹੀ ਆ ਜਾਓ ਉੱਤੇ। ਉੱਥੇ ਖਲੋ ਕੇ ਦਿਖਾ ਲੈਂਦੇ ਖੁੱਡੇ 'ਚ। ਲਓ ਜੀ ਦੋਸਤੋ, ਰਾਣਾ ਸਾਹਿਬ ਨੇ ਕੋਠੀ ਇੱਕ ਨਵੀਂ ਜਿਹੜੀ ਲਈ ਹੈ, ਉਹਦੇ ਵਿੱਚ ਛੱਤ ਦੇ ਉੱਪਰ ਕੁਛ ਬਰੀਡਿੰਗ ਕੇਜ ਵੀ ਬਣਾਏ ਨੇ।
ਉੱਪਰ ਸਿਗਨਲ ਆਣਗੇ ਵਾਈਫਾਈ ਦੇ? ਮੇਰੀ ਡਿਵਾਈਸ ਗੱਡੀ ਚ ਪਈ ਆ, ਕਰ ਲੈਂਦੇ ਹਾਂ ਜੀ ਦੋਸਤੋ। ਤੁਹਾਡੇ ਸ਼ੌਕ ਲਈ ਮੈਂ ਉੱਤੇ ਹੀ ਆ ਗਿਆ ਲੈ ਕੇ ਹਾਂ ਸਾਹਿਬ ਨੂੰ। ਇੱਥੇ ਤੁਹਾਨੂੰ ਹੁਣ ਕਬੂਤਰ ਪੱਟੀ ਪੱਠਾ ਛੱਡਿਆ ਇੱਥੇ ਰਾਣਾ ਸਾਹਿਬ ਨੇ। ਉਹਦੀ ਵਜ੍ਹਾ ਇਹ ਹੈ ਕਿ ਜੈਨ ਭਾਈ ਕਬੂਤਰ ਇੱਕ ਜਗ੍ਹਾ ਤੇ ਮਰ ਵੀ ਜਾਂਦੇ ਆ। ਹਾਂ, ਦੋ ਤਿੰਨ ਜਗ੍ਹਾ ਤੇ ਰੱਖਣਾ, ਮਿਹਨਤ ਬੜੀ ਹੈ ਯਾਰ, ਦਸ ਲੱਗਦਾ ਫਿਰ। ਫੜੋ ਲੋ ਜੀ, ਇਹ ਰਾਣਾ ਸਾਹਿਬ ਨੇ ਇੱਕ ਨਾ ਭਾਈ ਕਾਸ਼ਿਫ ਤੋਂ ਬਚਾ ਕੇ ਗਾਰ ਬਣਾਈ ਹੈ ਤੇ ਵਾਧੇ ਵਾਧੇ ਘਾਟੇ ਇੱਥੋਂ ਅਸੀਂ ਪੂਰੇ ਕਰੀਦੇ ਆ। ਉਹ ਤੇ ਮਰਿਆ ਵੀ ਸੁੱਟੇ ਤੇ ਉਹ ਹਿਲਾ ਕੇ ਚੈੱਕ ਕਰਦਾ ਕਿ ਵੀ ਜਿਉਂਦਾ ਤੇ ਨਹੀਂ ਦੇਤਾ ਕਿਤੇ, ਦੇਣ ਵੱਲੋਂ ਹੱਥ ਉਹਨਾਂ ਦਾ ਟੈਟ ਆ ਤੇ ਲੈਣ ਵੱਲੋਂ ਹਰ ਸ਼ਾ ਲੈ ਜਾਂਦੇ ਆ। ਦਿਖਾਓ ਬੱਚਿਆਂ ਨੇ ਕਮਾਲ ਕੀਤੀ ਪਈ ਆ। ਚਲੋ ਫੜ ਲਓ ਫੜ ਲਓ, ਜੀ ਕਰਾਓ ਕਰਾਓ ਸਾਰੀ ਸ਼ੌਕ, ਮੈਂ ਆਪ ਇੱਥੋਂ ਫੜਦਾ ਤੁਹਾਨੂੰ ਮਾਸ਼ਾਅੱਲਾ। ਦੇਖਿਆ ਇੱਥੋਂ ਫੜ ਕੇ ਰੱਖੋ ਨਾ ਤੁਸੀਂ, ਫੜੋ ਗਰਦਨੇ ਦੀ ਮੈਂ ਸ਼ੌਕ ਕਰਾਉਣਾ। ਉੱਥੋਂ ਫੜ, ਉੱਥੇ ਹੀ ਰੱਖੋ ਜਿੱਥੇ ਸੀ, ਦੂਜੀ ਸਾਈਡ ਤੇ ਫੜੋ ਇਹ ਇੱਥੇ। ਸਾਜੀ ਇਹਨਾਂ ਦੀਆਂ ਅੱਖਾਂ ਗੱਲਾਂ ਕਰ ਰਹੀਆਂ, ਬ੍ਰਾਈਟਨੈਸ ਇਹ ਦੇਖੋ। ਇਹ ਜੌਂਸੜੇ ਕਬੂਤਰ ਕੋਈ ਇਹਨਾਂ 'ਚ ਮੇਲ ਨਹੀਂ, ਇਹਨਾਂ ਦੇ ਵਿੱਚ ਮਤਲਬ ਅਸੀਂ ਬੜੀ ਮਿਹਨਤ ਨਾਲ ਮੇਨਟੇਨ ਰੱਖੇ, ਫੈਸਲਾਬਾਦੀ ਪਿਓਰ ਜੌਂਸੜੇ ਕਬੂਤਰ ਨੇ। ਇਹ ਪਰ ਕਿਹੜੇ ਕਬੂਤਰਾਂ ਦਾ ਵਿੱਚ, ਇਹਨਾਂ ਦੇ ਵਿੱਚ ਵੀ ਪਿੱਛੇ ਕਿਤੇ ਫਿਰੋਜ਼ਪੁਰੀ ਜ਼ਰੂਰ ਆ ਇਹਨਾਂ ਦੀ ਜ਼ਿੰਦਗੀ 'ਚ ਤੇ ਇਹ ਪਰ ਵੈਸੇ ਹੀ ਦੋ ਘੰਟੇ ਵਧਾ ਦਿੰਦਾ ਪਰਿਵਾਰ ਜਿਹੜੇ ਇਹ ਸਲੇਟੀ ਪਾਰ ਆਵੇ। ਹੈਲੋ ਹੱਥ ਚ ਬੜਿਆ ਪਤਾ ਚੱਲਦਾ ਇਹਨੂੰ, ਮੈਨੂੰ ਨਜ਼ਰ ਆ ਰਿਹਾ ਹੈਗਾ ਜੇ ਜੰਮੂ ਜੰਮੂ ਠੀਕ ਹੈ। ਤੁਹਾਨੂੰ ਇਹਨਾਂ ਦੇ ਵਿੱਚੋਂ ਸਲੇਟਨ ਕਬੂਤਰੀ ਬਣੀ ਹੈ ਅੱਜ ਬੜੇ ਵਾਲਾ, ਦੋਨੋਂ ਭਰਾ ਲਾਲ ਬੁਲੀਆਂ। ਹਾਂਜੀ ਇਹ ਲੁਕੋਏ ਹੋਏ ਨੇ। ਤੁਹਾਨੂੰ ਦਿਖਾਉਣਾ ਲਾਲ ਬੁਲੀਆਂ, ਮੇਰਾ ਫੇਵਰੇਟ ਪੱਤਾ ਹੈ ਵੱਡਾ, ਚੱਲ ਆਹ ਫੜ ਲੈਂਦੇ ਹਾਂ। ਨਹੀਂ ਆਹ ਫੇਵਰੇਟ ਇਹ ਜਿਹੜੇ ਦੋ ਭਰਾ ਪਹਿਲੇ ਨਿਕਲੇ, ਹੁਣ ਇਹਦੇ ਮਤਲਬ ਇਹਦਾ ਕੁੰਡਾ ਰੈਨ ਭਾਈ ਇੱਕ ਕਿਤਾਬ ਹੈ ਦਸਵੇਂ ਪਰਦੇ ਤੇ ਰੋਸ਼ਨੀ ਬਹੁਤ ਇੰਨਾ ਵਧੀਆ ਹੋਇਆ ਇਹਦਾ। ਇਹ ਸਰ ਜੀ ਛੋਟਾ ਹੋਵੇ ਤੇ ਜਿੱਥੇ ਗੋਲ ਗੇੜੇ ਕਬੂਤਰ ਨੇ ਨਿਕਲਣਾ ਮਤਲਬ ਮਗਰਮ ਵੇਲੇ ਨਿਕਲਿਆ ਤੇ ਫਿਰ ਇਹਦਾ ਗੇੜਾ ਲੰਮਾ ਹੁੰਦਾ ਹੈ, ਤੁਹਾਡਾ ਰਾਤ ਦਾ ਲੱਗਾ ਹੋਵੇ ਅਲਹਮਦੁਲਿਲਾ ਫਿਰ ਲੇਟ ਨਾਈਟ ਕਬੂਤਰ ਬੈਠ ਜਿੰਦਾਬਾਦ। ਮਾਸ਼ਾਅੱਲਾ ਜੀ ਅਲਹਮਦੁਲਿਲਾ ਚਾਰ ਮੈਠੇ ਛੱਡੇ ਨੇ, ਇਹ ਮੇਰੇ ਕੋਲ 17 ਨੇ ਮਾਸ਼ਾਅੱਲਾ ਭਾਈ
ਤੇ ਮੇਰਾ ਸਭ ਤੋਂ ਫੇਵਰੇਟ ਰੈਨ ਭਾਈ ਹੈ ਕਬੂਤਰ। ਇਹਨਾਂ ਦੇ ਪੰਜੇ ਦੇਖੋ ਜਿਹੜੀ ਮੈਂ ਗੱਲ ਕਰ ਰਿਹਾ ਹੁੰਦਾ ਓਹੀ ਹੈ ਮਜ਼ਬੂਤ ਤੇ ਪੱਕੇ। ਹਾਂਜੀ ਹਾਂਜੀ ਖੁਸ਼ ਪੰਜੇ। ਅੱਛਾ ਇੱਥੇ ਇੱਕ ਹੋਰ ਐ ਮੈਂ ਤੁਹਾਨੂੰ ਦੱਸਿਆ ਕਿ ਬਟੇਰਾ ਕਬੂਤਰ ਮੈਂ ਲੈ ਕੇ ਆਇਆ ਜੀ। ਮੈਂ ਜਦੋਂ ਆਪਣੇ ਕਬੂਤਰ ਵਾਪਸ ਕਰਦਾ ਮਤਲਬ ਜੰਮੂ ਦੇ ਪਹਿਲੇ ਵੀ ਇਹਨਾਂ ਚ ਬਟੇਰਾ ਹੈ। ਠੀਕ ਹੈ ਤੀਹ ਸਾਲ ਨੌਕਲੀ ਦਾ ਪੱਠਾ ਹੈ ਜੰਮੂ। ਅੱਛਾ ਔਰ ਬੰਦੇ ਪੁੱਛਦੇ ਜੰਮੂ ਕਿਉਂ, ਇਹ ਦੇਖੇ ਯੇ ਪਰਪਲ ਸ਼ੇਡ ਹੈ ਯੇ ਗਰਦਨ ਮੇ ਗ੍ਰੀਨ ਨਹੀਂ ਹੈ ਤੋ ਯੇ ਹੈ ਜੰਮੂ, ਜਾਮਨੀ ਸੇ ਜੰਮੂ ਪੰਜਾਬੀ ਜ਼ਬਾਨ ਮੇ। ਔਰ ਯੇ ਬੰਦ ਆਗ ਕਾ ਨਿਕਲਾ ਹੈ, ਯੇ ਬੜੀ ਕਬੂਤਰੀ ਹੈ, ਇਸਕੀ ਪਲਕ ਦੇਖੇ ਯੇ ਬਟੇਰਾ ਕਬੂਤਰ ਡਾਲਾ ਹੈ ਔਰ ਸਾਥ ਮਤਲਬ ਜੰਮੂ ਮਾਦਾ ਯੇ ਦੇਖੇ ਕੰਦਾ ਮਾਸ਼ਾਅੱਲਾ ਯੇ ਪਹਿਲੇ ਰੱਖੇਗਾ ਹੈ ਬਹੁਤ ਆਲਾ। ਔਰ ਯੇ ਮੁਬੱਸ਼ਰ ਖੋਖਰ ਯੇ ਇੱਕ ਪੱਠਾ ਬੜੇ ਕਬੂਤਰ ਕਾ ਹੀਨੋ ਯੇ ਬੈਠਾ ਹੋਇਆ ਯੇ ਆਪਕੋ ਦਿਖਾਤੇ ਹੈਂ ਆਪਕੋ ਮਜ਼ਾ ਆਏਗਾ ਪੜੋ। ਤਿੱਖਾ ਬਹੁਤ ਆ ਜਿਹੜੇ ਆਏ ਕਬੂਤਰ ਉਹ ਵੀ ਬਹੁਤ ਤਿੱਖਾ। ਇਧਰ ਨਹੀਂ ਹੈ ਨਿਕਲ ਗਿਆ ਮੇਰੇ ਖਿਆਲ ਉਹ ਸਾਹਮਣੇ ਨਹੀਂ ਆਉਣਾ ਆ ਸਾਹਮਣੇ ਆ ਗਿਆ ਖੜੋ ਯੇ $50,000। ਅੱਛਾ ਔਰ ਉਹ ਇੱਕ ਮੈਂ ਫਿਰ ਲਗਾ ਕੇ ਲੈ ਆਇਆ ਥਾ ਇਧਰ ਮੈਂ ਕਿਹਾ ਮਰੋ ਜੀਓ ਆ ਕੋਈ ਨੀ ਆ ਗਿਆ ਮੁਬੱਸ਼ਰ ਭਾਈ ਨਹੀਂ ਨਾਰੇ ਨਾ ਉਹਨਾਂ ਦਾ ਮਾਦੀ ਲਾਲ ਬੁਲੀਆਂ ਜੀ ਮਾਦੀ ਲਾਲ ਬੁਲੀਆਂ। ਔਰ ਇਹ ਮੈਂ ਕਿਹਾ ਦੇਖ ਲੋ ਤੁਸੀਂ ਮੈਂ ਜਿਹੜੀ ਗੱਲ ਕਰ ਰਿਹਾ ਇੱਥੇ ਸਾਰੇ ਬਿਲਕੁਲ ਯੰਗ ਜਵਾਨ ਹੋਏ ਤੇ ਇਹਨਾਂ ਦੇ ਵਿੱਚੋਂ ਆਪਸ ਚ ਲੱਗੇ ਨੇ ਤੇ ਮੈਨੂੰ ਨੀ ਪਤਾ ਕਿਹੜਾ ਕਿਹੜਾ ਕਿੱਥੇ ਲੱਗਾ ਹੈ। ਠੀਕ ਹੈ ਬਾਜੀ ਦੇ ਵਿੱਚ ਹੁਣ ਬੱਚੇ ਇੱਥੋਂ ਹੀ ਪਏ ਨੇ ਮਾਸ਼ਾਅੱਲਾ ਇਹਦੇ ਵਿੱਚੋਂ ਹੀ ਮਤਲਬ ਇਹਨਾਂ ਦੇ ਕਿਸੇ ਦੇ ਨਾ ਸਹੀ। ਤੇ ਜਿਹੜਾ ਮੇਰਾ ਮੇਨ ਇੱਕ ਬਰੀਡਰ ਕਬੂਤਰ ਫਿਰ ਰਿਹਾ ਮੈਂ ਤੁਹਾਨੂੰ ਦਿਖਾਉਣਾ ਉਹ ਮੈਂ ਬੜਾ ਹੀ ਲੈ ਕੇ ਆਇਆ ਜੀ 34 ਨੰਬਰ ਮਾਜੀ ਦਾ ਮਾਨ ਉਹ ਭਾਈ। ਠੀਕ ਹੈ ਤੇ ਵਿੱਚ ਵੱਡਾ ਜੰਮੂ। ਠੀਕ ਹੈ ਤੇ ਲਾਸਟ ਜਿਹੜੇ ਲੱਖੀ ਵੱਡੀ ਦੇ ਬੱਚੇ ਫੜ ਲਓ ਉੱਠ ਕੇ ਹੁਣ ਏਦਾਂ ਨੀ ਫੜਨਾ ਫੜਿਆ ਜਾਣਾ ਉੱਤੇ ਚੜ ਕੇ ਹਰ ਕਬੂਤਰ ਫੜਿਆ ਜਾਣਾ। ਚੱਲ ਫੜ ਪੱਟੀ ਚੱਲ ਜੀ ਉਸਤਾਦ ਜੀ ਕਿਆ ਕਹਿਣੇ ਮਾਸ਼ਾਅੱਲਾ ਮਾਸ਼ਾਅੱਲਾ। ਇਹ ਉਹ ਕਬੂਤਰ ਨੇ ਰਹਿਣ ਭਾਈ ਜਿਹੜਾ ਅਸਾਸਾ ਨੇ ਸਾਡਾ ਜਿਹੜੀ 34 ਨੰਬਰ ਚੜੀ ਹੋਈ ਕਬੂਤਰੀ ਹੈ ਇਹ ਵੀ ਜੰਮੂ ਹੀ ਹੈ। ਇਹ ਦੇਖੋ ਉੱਪਰੋਂ ਲੱਖ ਆ ਗਿਆ ਫਿਰ ਦੇਖੋ ਲੱਖ ਆ ਇਹ ਜੰਮੂ ਇਹ ਮਤਲਬ ਦੋ ਇੱਕ ਨਰ ਬੜਾ ਬਚਦਾ ਸੀ ਜੰਮੂ ਤੇ ਮਾਦਾ ਮੈਂ ਫਿਰ ਇਹਦੇ ਬੱਚੇ ਕਢਵਾ ਲਏ ਇਹ ਹੁਣ ਇਨਸ਼ਾਅੱਲਾ ਜੇਲ੍ਹ ਚ ਬਾਜੀ ਜਾਣਗੇ ਮੈਂ ਰਾਤ ਨੂੰ ਲਾ ਕੇ ਰੱਖੇ ਇਹਨੇ ਉੱਥੇ ਮਾਸ਼ਾਅੱਲਾ ਉੱਥੇ ਤੇ ਕੁਛ ਮੇਰੇ ਕੋਲ ਟੈਡੀ ਨੇ ਜਿਹੜੇ ਘਰ ਨੇ ਉਹ ਮੈਂ ਤੁਹਾਨੂੰ ਦਿਖਾਉਂਦਾ ਉਹਨਾਂ ਦੀ ਇੱਥੇ ਇੱਕ ਪੱਟੀ ਹੈ
ਇੱਕ ਮੈਂ ਤੁਹਾਨੂੰ ਸ਼ੌਕ ਵਾਲੀ ਕਬੂਤਰੀ ਦਿਖਾਣੀ ਹੈ ਕਿਹੜਾ ਸ਼ੌਕ ਵਾਲੀ ਸਲੇਟਨ ਆ ਨੀ ਖੜੀ ਸਾਹਮਣੇ ਇਹ ਨਰ ਉਹਦਾ ਭਾਈ ਸਲੇਟਨ ਵੀ ਇੱਥੇ ਛੋਟੀ ਨੋਕ ਵਾਲੀ ਪਤਾ ਮੈਨੂੰ ਉਹ ਸਾਹਮਣੇ ਉਹ ਅੰਦਰ ਚਲੀ ਉਹ ਪਿੱਛੇ ਆ ਗਈ ਹੈ ਫੜ ਲੋ ਇਹਨੂੰ ਮਤਲਬ ਜੰਮੂ ਪਿਓਰ ਜੋੜਾ ਲਾਇਆ ਜੀ ਇਹ ਪੱਠੀ ਮਤਲਬ ਤਿੰਨ ਭੈਣ ਭਾਈ ਆ ਹੀ ਨਿਕਲੇ ਜਿੰਦਰ ਜਿੰਦਰ ਭਾਈ ਵੀ ਕਹਿ ਰਹੇ ਬੋਸ ਜਿੰਦਰ ਸੰਧੂ ਐਨਕ ਭੇਜਦੇ ਮੇਰੀ ਇਹਦਾ ਬੱਚਾ ਵੀ ਜੈਨ ਭਾਈ ਚਲੋ ਤੁਸੀਂ ਬੜੋ ਦੱਸੋ ਤੁਹਾਨੂੰ ਕੈਸੀ ਲੱਗ ਰਹੀ ਮੈਨੂੰ ਤਾਂ ਬਹੁਤ ਆਲਾ ਲੱਗ ਰਹੀ ਮੈਂ ਲਾਈਵ ਬੰਦ ਹੋਏਗੀ ਫੇਰ ਫੜਦਾ ਇਹਨੂੰ ਅੱਛਾ ਜੀ ਇਹਦਾ ਭਾਈ ਵੀ ਨਾਲ ਦੇਖੋ ਕੋਈ ਦੇਖਣਾ ਹੋਵੇ ਤੇ ਮੈਂ ਨਾ ਇਨਸ਼ਾਅੱਲਾ ਦਿਨੇ ਦੋਸਤਾਂ ਨੂੰ ਛੱਤ ਤੇ ਲਿਜਾਵਾਂਗੇ ਬੱਚਿਆਂ ਦਾ ਕਬੂਤਰਾਂ ਦਾ ਦੂਸਰੀ ਘਰ ਵਾਲੀ ਛੱਤ ਵੀ ਜਾ ਕੇ ਜਿਹੜੇ ਰਿਜ਼ਲਟਡ ਜੋੜੇ ਨੇ ਟੈਸਟਡ ਉਹਨਾਂ ਦਾ ਇਨਸ਼ਾਅੱਲਾ ਸ਼ੌਕ ਕਰਾਵਾਂਗੇ ਤੇ ਮੈਸੇਜ ਕੀ ਦੇਣਾ ਚਾਹੋਗੇ ਦੋਸਤਾਂ ਨੂੰ ਅੱਜ ਦੀ ਇਸ ਲਾਈਵ ਤੋਂ ਬਾਅਦ ਗੱਪਸ਼ਪ ਤੋਂ ਬਾਅਦ ਕੀ ਕਹਿਣਾ ਚਾਹੋਗੇ ਸ਼ੌਕ ਦੇ ਹਵਾਲੇ ਨਾਲ ਫੈਸਲਾਬਾਦ ਦੇ ਸ਼ੌਕ ਦੀ ਦੁਆ ਕਰੋ ਇੱਕ ਪਲੇਟਫਾਰਮ ਤੇ ਆਵੇ ਇੱਕ ਚੈਂਪੀਅਨ ਬਣੇ ਤੇ ਲੋਕਾਂ ਦਾ ਜਿਹੜਾ ਕਨਫਿਊਜ਼ਨ ਹੈ ਨਾ ਇਹ ਦੂਰ ਹੋ ਜਾਏ ਜਿੰਦਰ ਭਾਈ ਕਹਿ ਰਹੇ ਔਨ ਦਾ ਵੇ ਕਰ ਦੇਣੀ ਹੈ ਕਰ ਦੇਣੀ ਆ ਕਰ ਦੇਣੀ ਕਰ ਦੇਣੀ ਔਨ ਦਾ ਵੇ ਓਕੇ ਚਲੋ ਅੱਛਾ ਤੇ ਮੇਰਾ ਮਕਸਦ ਇਹ ਸੀਗਾ ਕਿ ਸਾਡੇ ਸ਼ੌਕ ਵਾਸਤੇ ਦੁਆ ਕਰੋ ਠੀਕ ਹੈ ਠੀਕ ਹੈ ਤਾਂ ਕਿ ਅਸੀਂ ਮਤਲਬ ਇੱਕ ਪਲੇਟਫਾਰਮ ਦੇ ਸ਼ੌਕ ਕਰ ਸਕੀਏ ਤੇ ਤੁਸੀਂ ਇੱਕ ਗੱਲ ਕਹੀ ਸੀ ਕਿ ਪੰਜੇ ਚ ਪੰਜਾ ਪੈਣਾ ਚਾਹੀਦਾ ਪੈਣਾ ਚਾਹੀਦਾ ਅੱਛਾ ਜੀ ਤਿਆਰ ਆ ਪੰਜਾ ਪੰਜ ਅੱਲਾ ਖੈਰ ਕਰੇ ਲੋ ਜੀ ਦੋਸਤੋ ਉਮੀਦ ਹੈ ਤੁਹਾਨੂੰ ਸ਼ੌਕ ਦਾ ਵੀ ਮਜ਼ਾ ਆਇਆ ਹੋਏਗਾ ਕਬੂਤਰ ਦੇਖਣ ਦਾ ਵੀ ਮਜ਼ਾ ਆਇਆ ਹੋਏਗਾ ਕੋਸ਼ਿਸ਼ ਤੇ ਕੀਤੀ ਤੁਹਾਨੂੰ ਸ਼ੌਕ ਕਰਾਈਏ ਗੱਪਸ਼ਪ ਲਾਈ